ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਸ਼ਤਰ ਤਖਤਾਂ ਦੇ ਮਾਲਕ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਸੁਭਾਗੀ ਗੋਦ ਵਿੱਚ ਸ਼ਾਮ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਸਮੇਂ ਨੂੰ ਸਫਲਾ ਬਣਾਉਣ ਲਈ ਆਪਾਂ ਇਕੱਤਰ ਹੋਏ ਹਾਂ। ਗੁਰੂ ਚਰਨਾਂ ਦਾ ਲਾਹਾ ਪ੍ਰਾਪਤ ਕਰੀਏ। ਇਤਿਹਾਸ ਦੇ ਪਾਵਨ ਪ੍ਰਸੰਗਾਂ ਚੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਿਵਾਜੇ ਹੋਏ ਸਿੱਖਾਂ ਦੇ ਪ੍ਰਕਰਨਾਂ ਨੂੰ ਆਪਾਂ ਨੇ ਸਰਵਣ ਕੀਤਾ। ਭਾਈ ਤਾਰੂ ਜੀ, ਭਾਰੂ ਜੀ, ਪਦਾਰਥਾਂ ਜੀ, ਜਿਨ੍ਹਾਂ ਗੁਰੂ ਪਾਤਸ਼ਾਹ ਦੇ ਕੋਲੋਂ ਉਪਦੇਸ਼ ਮੰਗਿਆ, ਸਤਿਗੁਰਾਂ ਨੇ ਕਿਰਪਾ ਦੇ ਵਚਨ ਆਖੇ, ਘਰ ਪਰਿਵਾਰ ਦਾ ਮੋਹ ਛੱਡ ਕੇ ਗੋਇੰਦਵਾਲ ਸਾਹਿਬ ਹੀ ਡੇਰੇ ਹਨ। ਗੁਰੂ ਬਚਨਾਂ ਨੂੰ ਸੁਣਿਆ, ਮੰਨਿਆ ਤੇ ਕਮਾਇਆ, ਆਪਣੇ ਬੱਚਿਆਂ ਨੂੰ ਬੁਲਾ ਕੇ ਆਖਿਆ, ਜੀਵਨ ਵਿੱਚ ਉਤਮ ਕਰੋ ਤੇ ਸਵਾਦ ਕਰੋ। ਇਹਨਾਂ ਸਾਰੇ ਪ੍ਰਕਰਨਾਂ ਦਾ ਆਪਾਂ ਨੇ ਆਨੰਦ ਮਾਣਿਆ। ਆਓ, ਜਿੰਨਾ ਵੀ ਸਮਾਂ ਪ੍ਰਾਪਤ ਹੋਇਆ ਲਾਹਾ ਖੱਟੀਏ। ਮਨ ਵਿਅਕਤੀਆਂ ਦੀ ਇਕਾਗਰਤਾ ਦੇ ਵਾਸਤੇ ਗੱਜ ਵੱਜ ਕੇ ਆਖੋ ਜੀ, ਸਤਨਾਮ ਸ੍ਰੀ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਗੁਰੂ ਸਾਹਿਬ ਜੀ। ਦੋਹਰਾ ਮਹਾਨੰਦ ਕੇ ਸੰਗ ਮਿਲ, ਵਿਜੇ ਚੰਦ ਹੋਏ ਦੋਨ। ਮਹਾਕਵੀ ਭਾਈ ਸੰਤੋਖ ਸਿੰਘ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਥਾ ਨੂੰ ਬਿਆਨ ਕਰਦੇ ਨੇ। ਗੁਰੂ ਰਾਮਦਾਸ ਮਹਾਰਾਜ ਨੇ ਜਿਹਨਾਂ ਸਿੱਖਾਂ ਨੂੰ ਨਵਾਜਿਆ, ਵੈਸੇ ਤੇ ਲੱਖਾਂ ਦੀ ਗਿਣਤੀ ਆ, ਕੋਈ ਗਿਣਤੀ ਵਿੱਚ ਹੈ ਨਹੀਂ। ਇਹ ਉਹ ਪ੍ਰਤਿਭਾਗੀ ਹਨ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਆਇਆ। ਇੱਕ ਪਿਆਰੇ ਸਿੱਖ ਗੁਰੂ ਘਰ ਤੋਂ ਪ੍ਰਭਾਵਿਤ, ਉਹਨਾਂ ਦਾ ਨਾਂ ਸੀ ਭਾਈ ਮਹਾਨੰਦ ਜੀ। ਇਹਨਾਂ ਦੇ ਨਾਲ ਇਹਨਾਂ ਦੀ ਸੰਗਤ ਕਰਦੇ ਦੂਜੇ ਸੱਜਣ ਆਏ, ਉਹਨਾਂ ਦਾ ਨਾਂ ਸੀ ਬਿਧੀ ਚੰਦ।
ਹੁਣ ਇਹ ਬਾਬਾ ਬਿਧੀ ਚੰਦ ਨਹੀਂ ਹਨ, ਉਹ ਪੰਚਮ ਪਾਤਸ਼ਾਹ ਜੀ ਦੇ ਵੇਲੇ ਆਉਣਗੇ, ਛੇਵੇਂ ਪਾਤਸ਼ਾਹ ਦੇ ਸਿੱਖ ਨੇ ਬਾਬਾ ਬਿਧੀ ਚੰਦ। ਇਹ ਮਹਾਨੰਦ ਤੇ ਬਿਧੀ ਚੰਦ, ਇਹ ਇਹਨਾਂ ਸਾਰਿਆਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕੀਤਾ। ਕਈ ਸਾਲਾਂ ਤੋਂ ਸਤਿਗੁਰਾਂ ਦੇ ਘਰ ਦੀ ਮਹਿਮਾ ਸੁਣਦੇ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ, ਸਬੱਬ ਬਣ ਗਿਆ ਨਗਰ ਦੀ ਸੰਗਤ ਦੇ ਨਾਲ ਚੱਲ ਕੇ ਗੋਇੰਦਵਾਲ ਸਾਹਿਬ ਆ ਗਏ। ਦਰਸ਼ਨ ਦੇਖਿਓ ਗੁਰੂ ਕੋ, ਬੰਧਨ ਕੀ ਨ ਸਿਓਨ। ਸਤਿਗੁਰਾਂ ਦੇ ਦਰਸ਼ਨ ਜਦੋਂ ਕੀਤੇ ਇੰਨਾ ਮਨ ਪ੍ਰਸੰਨ ਹੋਇਆ, ਜੈਸਾ ਗੁਰਾਂ ਦੇ ਬਾਰੇ ਸੁਣੀਦਾ ਸੀ ਉਹੋ ਜੇ ਸਤਿਗੁਰਾਂ ਨੂੰ ਸੱਚਮੁੱਚ ਲਿਖਿਆ। ਦੋਨਾਂ ਨੂੰ ਆਪਣੇ ਆਪ ਤੇ ਯਕੀਨ ਨਹੀਂ ਸੀ ਹੋ ਰਿਹਾ ਵੀ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਸਾਹਮਣੇ ਖੜੇ। ਚਾਹ ਵਿੱਚ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਟੇਕਿਆ, ਮੱਥਾ ਟੇਕਿਆ। ਭਰੇ ਦਰਬਾਰ ਵਿੱਚ ਜਿੱਥੇ ਥਾਂ ਮਿਲੀ ਉੱਥੇ ਸੱਜ ਗਏ। ਚੋਪਈ ਹੱਥ ਜੋਰ ਕਰ ਠਿਰੇ ਅਗਾਰੇ, ਸੁਖ ਗਰਜੇ ਨਿਜ ਅਰਜ ਗੁਜਾਰੇ। ਜਦੋਂ ਦੁਪਹਿਰ ਦਾ ਸਮਾਂ ਹੋਇਆ, ਗੁਰੂ ਰਾਮਦਾਸ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਮਿਲ ਰਹੇ ਨੇ, ਦੋਨੇ ਸਿੱਖ ਉੱਠ ਪਏ ਮਹਾਨੰਦ ਤੇ ਬਿਧੀ ਚੰਦ, ਹੱਥ ਜੋੜ ਕੇ ਕਹਿੰਦੇ ਪ੍ਰਭੂ ਜੀ ਇੱਕ ਅਰਜ ਹੈ, ਇੱਕ ਬੇਨਤੀ ਹੈ। ਸਤਿਗੁਰੂ ਕਹਿੰਦੇ ਪਾਈ ਅੱਗੇ ਅਰਜ। ਇਹਨਾਂ ਦੀ ਬੇਨਤੀ ਗੁਰੂ ਰਾਮਦਾਸ ਮਹਾਰਾਜ ਬੜੇ ਪ੍ਰੇਮ ਸਹਿਤ ਸੁਣਦੇ ਆ। ਇਹ ਗੁਰੂ ਦਾ ਬਿਰਧ ਹੈ, ਕਿਸੇ ਨੇ ਬੇਨਤੀ ਕੀਤੀ ਅਰਦਾਸ ਕੀਤੀ, ਸਤਿਗੁਰੂ ਕੋਲ ਬੁਲਾ ਕੇ ਬੜੇ ਪਿਆਰ ਸਹਿਤ ਸੁਣਦੇ ਆਏ। ਪਹਿਲੀ ਵਾਰ ਸੀ ਪ੍ਰਭਾਵਿਤ ਬਹੁਤ ਸਨ ਗੁਰੂ ਨਾਨਕ ਦੇ ਘਰ ਦੀ ਸਿੱਖੀ ਤੋਂ, ਤੇ ਚਿੱਤ ਕੀਤਾ ਮਨ ਚ ਖਿਆਲ ਆਇਆ ਵੀ ਸਤਿਗੁਰਾਂ ਨਾਲ ਤੋਂ ਗੱਲਾਂ ਕਰਨੀ, ਮਰਗ ਤੋਂ ਉਪਦੇਸ਼ ਮੰਗ ਲਈ। ਦੋਨੋਂ ਜਣੇ ਗੁਰਾਂ ਦੇ ਕਰੀਬ ਆ ਗਏ। ਜਨਮ ਮਰਨ ਕੋ ਤ੍ਰਾਸ ਹਮਾਰੇ, ਭਰਮਨ ਮਿਟਾਓ ਜੇ ਦੁੱਖ ਵਾਰੇ। ਸਤਿਗੁਰੂ ਜੀ ਕਿਰਪਾ ਕਰਦੇ ਹੋ ਸਾਡੇ ਤੇ, ਸਾਨੂੰ ਜੰਮਣ ਤੇ ਮਰਨ ਤੋਂ ਬਹੁਤ ਡਰ ਲੱਗਦਾ, ਇਸ ਭਰਮ ਨੂੰ ਨਿਵਾਰ ਦਿਓ, ਕੱਟ ਦਿਓ, ਡਰ ਲੱਗਦਾ। ਗੁਰਬਾਣੀ ਨੇ ਵੀ ਲਿਖਿਆ, ਭਗਤ ਕਬੀਰ ਜੀ ਲਿਖਦੇ ਨੇ, ਇੱਕ ਦੁੱਖ ਕੱਟੋ ਰਾਮ ਰਾਏ ਮੇਰਾ, ਅਗਨ ਨਾ ਦਹੈ ਅਰਦਰ ਵਸੇ। ਅੱਜ ਜ਼ਿੰਦਗੀ ਦੇ ਦੁੱਖ ਜਿਨ੍ਹਾਂ ਪਿੱਛੇ ਅਸੀਂ ਹਾਏ ਮਰ ਗਏ ਕਰਦੇ ਫਿਰਦੇ, ਕੁਛ ਵੀ ਹੈ ਨਹੀਂ। ਸਭ ਤੋਂ ਵੱਡਾ ਦੁੱਖ ਹੈ ਜਨਮ ਲੈਣ ਦਾ। 9 ਮਹੀਨੇ ਮਾਂ ਦੇ ਪੇਟ ਵਿੱਚ ਪੁੱਠੇ ਲਟਕਣਾ ਕੋਈ ਸੁੱਖ ਹੈ? ਜਿੱਥੇ ਕੋਈ ਹਵਾ ਨਹੀਂ ਚੱਲਦੀ, ਹਨੇਰੀ ਨਹੀਂ ਚੱਲਦੀ, ਕੋਈ ਗਰਮੀ ਨਹੀਂ, ਕੋਈ ਸਰਦੀ ਨਹੀਂ, ਇੱਕ ਜਿਉਂਦਾ ਜਾਗਦਾ ਮਨੁੱਖ ਫਲਿਊਡ ਦੇ ਲਫਾਫੇ ਵਿੱਚ ਹੈ, ਉਹਦੇ ਬੈਗ ਵਿੱਚ ਹੈ, ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇਹਨੂੰ ਆਪ ਰੱਖਦਾ। ਪੁੱਠੇ ਲਟਕਦੇ ਨੂੰ ਮਾਂ ਸੁੱਤੀ ਹੈ, ਜਾਗਦੀ ਹੈ, ਤੁਰਦੀ ਹੈ, ਫਿਰਦੀ ਹੈ, ਉਸ ਘੁੱਪ ਹਨੇਰ ਵਿੱਚ ਉੱਥੇ ਕੋਈ ਲਾਈਟਾਂ ਥੋੜਾ ਲੱਗੀਆਂ, ਮਾਂ ਦੇ ਪੇਟ ਦੇ ਅੰਦਰ ਕੋਈ ਚਾਨਣ ਥੋੜੀ ਹੈ, ਉੱਥੇ ਕੋਈ ਅਲਟਰਾਸਾਊਂਡ ਵੀ ਕਰੇ ਤਾਂ ਵੀ ਉਹਦੇ ਚ ਹਨੇਰਾ ਦਿਸਦਾ, ਪ੍ਰੋਪਰ ਚਾਨਣ ਨਹੀਂ ਹੁੰਦਾ। ਇਸ ਘੁੱਪ ਹਨੇਰ ਵਿੱਚ ਰਹਿਣਾ ਸਭ ਤੋਂ ਵੱਡਾ ਦੁੱਖ ਹੈ, ਤੇ ਇੱਕ ਮਰਨ ਦਾ ਦੁੱਖ ਵੱਡਾ ਹੈ।
ਕਹਿੰਦੇ ਜਿਹਨੇ ਜੰਮਣ ਦਾ ਦੁੱਖ ਝੱਲ ਲਿਆ ਉਹਨੇ ਮਰਨ ਦਾ ਵੀ ਝੱਲ ਲੈਣਾ, ਤੇ ਵਿੱਚ ਵਿਚਾਲੇ ਵਾਲੇ ਦੁੱਖ ਤੇ ਹੈ ਹੀ ਉਹਦੇ ਲਈ ਕੁਛ। ਰੱਬ ਦੇ ਪਿਆਰੇ ਇਸੇ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਉਲਾਂਭਾ ਨਹੀਂ ਦਿੰਦੇ। ਉਹ ਕਹਿੰਦੇ ਜੰਮਣ ਤੋਂ ਵੱਡਾ ਦੁੱਖ ਕਿਹੜਾ ਹੋ ਸਕਦਾ, ਕੋਈ ਦੁੱਖ ਨਹੀਂ ਉਹਦੇ ਵੱਡਾ। ਮੌਤ ਤੋਂ ਵੱਡਾ ਦੁੱਖ ਕਿਹੜਾ ਹੋ ਸਕਦਾ। ਕਹਿੰਦੇ ਪਾਤਸ਼ਾਹ ਜਨਮ ਤੇ ਮਰਨ ਦਾ ਦੁੱਖ ਸਤਾਉਂਦਾ ਹੈ, ਡਰ ਲੱਗਦਾ ਰਹਿੰਦਾ, ਮਨ ਵਿੱਚ ਭਰਮ ਪਿਆ ਹੋਇਆ ਵੀ ਫੇਰ ਮਰਨਾ ਪੈਣਾ ਹੈ, ਕੋਈ ਗਰੰਟੀ ਨਹੀਂ ਮਰਨ ਤੋਂ ਬਾਅਦ ਕਿਤੇ ਜੰਮਣਾ ਪੈਂਦੇ। ਮੁੱਦਤਾਂ ਤੋਂ ਚੱਲੇ ਆਇਆ ਵੇਖੋ, ਜਨਮ ਦੀ ਪ੍ਰਕਿਰਿਆ ਦੁੱਖਦਾਈ ਹੈ, ਉਹ ਭਾਵੇਂ ਪੰਛੀਆਂ ਦੀ ਹੈ ਭਾਵੇਂ ਆਂਡਿਆਂ ਤੋਂ ਨਿਕਲਣ ਵਾਲੇ ਜੀਵਾਂ ਦੀ ਹੈ। ਜਿਹੜਾ ਇੱਕ ਛੋਟਾ ਜਿਹਾ ਚਿਕਨ ਛੋਟਾ ਜਿਹਾ ਚੂਚਾ ਭੱਜਿਆ ਫਿਰਦਾ ਹੈ, ਉਹਨੂੰ ਕਿੰਨੇ ਦਿਨ ਇੱਕ ਆਂਡੇ ਦੇ ਵਿੱਚ ਬੰਦ ਰਹਿਣਾ ਪੈਂਦਾ, ਬੜੀ ਵਾਰ ਆਂਡੇ ਤੋੜ ਕੇ ਕੱਢਣੇ ਪੈਂਦੇ, ਐਕੂਵੇਟਰ ਤੇ ਕੱਢਦੇ। ਸੋਚ ਕੇ ਵੇਖੋ ਉਹਦੀ ਕੈਦ ਕਿਹੜੀ ਹੈ, ਜਿਹਨੂੰ ਤੋੜ ਨਹੀਂ ਸਕਦਾ, ਜਿਹਚੋਂ ਕਈ ਵਾਰ ਤੜਫਦਾ ਵੀ ਹੈ। ਕਹਿੰਦੇ ਐਸਾ ਦੁੱਖ ਹੈ ਮਨੁੱਖ ਦਾ, ਮਾਤਾ ਦੇ ਪੇਟ ਤੋਂ ਜਨਮ ਲੈਂਦਾ ਫਿਰ ਰੋਂਦਾ ਦੁਖੀ ਹੋਣਾ। ਕਹਿੰਦੇ ਸਾਹਿਬ ਜੀ ਆਹ ਦੁੱਖ ਦੇ ਭਰਮ ਤੋਂ ਦੂਰ ਕਰ ਦਿਓ, ਇਹਦਾ ਡਰ ਹਰ ਵੇਲੇ ਮਨ ਨੂੰ ਲੱਗਾ ਰਹਿੰਦਾ ਏ। ਜਨਮ ਅਨੇਕ ਧਰੇ ਪੁਨੇ ਹਮਰੇ, ਰਾਗ ਦਿਵੈਸ਼ ਬਸ ਜੋ ਨਨ ਪਰੇ। ਸਾਧੂ ਦੀ ਬੜੇ ਜਨਮਾਂ ਵਿੱਚ ਅਸੀਂ ਆਏ, ਬੜਿਆਂ ਵਿੱਚ ਪੈਣਾ, ਕੱਲਾ ਇੱਥੋਂ ਤੱਕ ਸੀਮਤ ਨਹੀਂ, ਹਰ ਜਨਮ 'ਚ ਅਸੀਂ ਈਰਖਾ ਕਰਦੇ ਰਹੇ, ਰਾਗ ਦਵੈਸ਼ ਕਰਦੇ ਰਹੇ। ਹੁਣ ਆਪਾਂ ਮਨੁੱਖ ਬਣੇ ਆ, ਪਤਾ ਨਹੀਂ ਕਿੰਨੇ ਆ ਜਨਮਾਂ ਬਾਅਦ ਬਣੇ ਆ, ਅਸੀਂ ਤੇ ਬੰਦੇ ਬਣ ਕੇ ਵੀ ਖੁਸ਼ ਨਹੀਂ, ਈਰਖਾ ਦੇ ਭਰੇ ਆ, ਆਹ ਨਹੀਂ ਚੰਗਾ ਆਉਂ ਨਹੀਂ ਚੰਗਾ, ਮੈਂ ਚੰਗਾ ਆਉਂ ਮਾੜਾ, ਇਹ ਤੇ ਮਨੁੱਖਾ ਜਨਮ 'ਚ ਕਦੇ ਵੀ ਕਰਨਾ ਨਹੀਂ ਸੀ ਚਾਹੀਦਾ, ਪਰ ਸੁਭਾਅ ਬਣ ਗਿਆ। ਗੁਰੂ ਰਾਮਦਾਸ ਪਾਤਸ਼ਾਹ ਨੂੰ ਆਖਣ ਲੱਗੇ, ਕਹਿੰਦੇ ਸਤਿਗੁਰੂ ਜੀ ਅਸੀਂ ਈਰਖਾ ਦੇ ਵਿੱਚ ਦੁੱਖਾਂ ਦੇ ਵਿੱਚ ਕਲੇਸ਼ ਦੇ ਵਿੱਚ ਹਰ ਵਕਤ ਤਪਦੇ ਹੀ ਰਹਿੰਦੇ ਹਾਂ। ਚੱਲ ਆਈ ਸ਼ਰਨ ਤੁਮਾਰੇ, ਕਰੋ ਕਿਰਪਾ ਕਰ ਸੁਗਤ ਹਮਾਰੇ। ਅਸੀਂ ਹੁਣ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਏ, ਜੰਮਣ ਮਰਨ ਦੇ ਡਰ ਤੋਂ ਦੂਰ ਕਰ ਦਿਓ, ਬਚਾ ਲਓ ਸਾਨੂੰ ਇਹਨਾਂ ਭਰਮਾਂ ਤੋਂ, ਬਚਾ ਲਓ ਸਾਨੂੰ ਇਹਨਾਂ ਦੁੱਖਾਂ ਤੋਂ। ਜਦ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਫਿਰ ਡਰ ਮੁੱਕ ਜਾਂਦੇ ਆ, ਜਦ ਸ਼ੇਰ ਦੀ ਸ਼ਰਨ ਵਿੱਚ ਆ ਜਾਈਏ ਤੇ ਗਿੱਦੜਾਂ ਦੇ ਡਰ ਮੁੱਕ ਜਾਂਦੇ ਆ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਨਮੁਖ ਦੋਨਾਂ ਦੇ ਲੰਮਿਆਂ ਪੈ ਕੇ ਡੰਡੌਤ ਕੀਤੀ, ਕਹਿੰਦੇ ਮਹਾਰਾਜ ਅਸੀਂ ਇਹ ਅਵਸਥਾ ਤੇ ਪਹੁੰਚਣਾ ਚਾਹੁੰਦੇ ਹਾਂ, ਵੇਖੋ ਸਾਡੇ ਵਰਗੇ ਨਹੀਂ ਸੀ, ਜੇ ਕਿਤੇ ਆਪਣੇ ਵਰਗੇ ਸਿੱਖ ਮਹਾਰਾਜ ਕੋਲ ਆਈਏ ਸੀ ਤੇ ਹੁਣ ਵੀ ਆ ਕੇ ਸਾਡੀਆਂ ਮੰਗਾਂ ਲੰਨਿਆਂ ਵੀ ਨੇ। ਕੋਈ ਕੁਛ ਮੰਗੀ ਜਾਂਦਾ, ਕੋਈ ਕੁਛ ਮੰਗੀ ਜਾਂਦਾ, ਜਿਹੜੀਆਂ ਚੀਜ਼ਾਂ ਮਿਲ ਵੀ ਗਈਆਂ ਉਹਨਾਂ ਪਿੱਛੇ ਫਿਰ ਭਜੇ ਫਿਰ ਜਾਂਦਾ। ਗੁਰੂ ਕਹਿੰਦੇ ਸਿੱਖਾ ਜੇ ਮੰਗਣਾ ਤੇ ਪਹਿਲਾਂ ਮੰਗਣਾ ਸਿੱਖ ਸਨ, ਮੰਗਣਾ ਨਹੀਂ ਹੁੰਦਾ, ਇਹ ਵੀ ਪਦਾਰਥ ਮੰਗ ਸਕਦੇ ਸੀ। ਉਹ ਕਹਿੰਦੇ ਮਹਾਰਾਜ ਇੱਕ ਦੁੱਖਦਾਈ ਆ ਸਾਰੇ ਪਦਾਰਥ, ਅਸੀਂ ਮੋਹ ਮਾਇਆ ਤੇ ਫਸੇ ਹੋਏ ਹਾਂ, ਜਾਣਦੇ ਵੀ ਹਾਂ ਫਸੇ ਹੋਏ ਹਾਂ, ਨਿਕਲਿਆ ਨਹੀਂ ਜਾ ਰਿਹਾ, ਕਿਵੇਂ ਨਿਕਲੀ? ਕਿਰਪਾ ਕਰਕੇ ਜੰਮਣ ਤੇ ਮਰਨ ਦਾ ਦੁੱਖ ਕੱਟੋ, ਜਨਮਾਂ ਜਨਮਾਂ ਦੀ ਪੀੜਾ ਮੁਕਾ ਦਿਓ। ਸੁਣ ਸ੍ਰੀ ਰਾਮਦਾਸ ਕਰ ਕਰਨਾ, ਸ਼ੋਭੇ ਉਪਦੇਸ਼ ਤਿਨਿਉ ਪ੍ਰਤ ਬਰਨਾ। ਗੁਰੂ ਰਾਮਦਾਸ ਮਹਾਰਾਜ ਜਦੋਂ ਇਹਨਾਂ ਦੇ ਬਚਨਾਂ ਨੂੰ ਸੁਣਦੇ, ਸਤਿਗੁਰੂ ਕਹਿੰਦੇ ਭਾਈ ਬੈਠ ਜਾਓ, ਅੱਜ ਐਸਾ ਉਪਦੇਸ਼ ਦੇਵਾਂਗੇ ਜੀਵਨ ਵਿੱਚੋਂ ਮੌਤ ਦਾ ਡਰ ਤੇ ਜਨਮ ਦਾ ਖੌਫ ਮੁੱਕੇਗਾ ਤਾਂ ਜੇ ਮੰਨੋਗੇ। ਵੇਖੋ ਦੁਨੀਆਂ ਦੀ ਹਰ ਚੀਜ਼ ਮੰਨਣ ਤੇ ਖੜੀ ਹੈ, ਜੇ ਮੰਨਾਂਗੇ ਨਹੀਂ ਫਿਰ ਕੀ?
ਡਾਕਟਰ ਕੋਲ ਦਵਾਈ ਲਾਇਓ, ਪੱਤਿਆਂ ਦੇ ਪੱਤੇ ਇਕੱਠੇ ਕਰਕੇ ਸਰਾਣੇ ਥੱਲੇ ਰੱਖ ਲਓ, ਪਰ ਮੰਨੀ ਹੋਣਾ। ਕੱਲੀ ਦਵਾਈ ਖਾ ਵੀ ਲਈ, ਜਿਹੜਾ ਉਹ ਪਰਹੇਜ਼ ਦੱਸਦਾ ਹੈ ਨਹੀਂ ਹੋਣਾ, ਕੁਛ ਨਹੀਂ ਹੋਣਾ, ਉਹਦਾ ਕੁਛ ਨਹੀਂ ਜਾਣਾ, ਨੁਕਸਾਨ ਤੁਹਾਡਾ। ਤੇ ਜੇ ਗੁਰੂ ਕੋਲ ਬੈਠ ਕੇ ਗੁਰੂ ਦੀ ਗੱਲ ਸੁਣ ਕੇ ਮਨੁੱਖ ਮੰਨਣਾ ਚਾਹੇ ਨਾ, ਤੇ ਗੁਰੂ ਕਹਿੰਦੇ ਭਾਈ ਫਿਰ ਤੇਰੀ ਮੌਜ ਹੈ, ਤੇਰੀ ਮਰਜ਼ੀ ਹੈ, ਤੈਨੂੰ ਉਪਦੇਸ਼ ਉਹੋ ਜਿਹਾ ਹੀ ਦਿੱਤਾ ਜੋ ਸਾਰਿਆਂ ਨੂੰ ਦਿੱਤਾ, ਵੱਖਰਾ ਨਹੀਂ। ਜੇ ਉਪਦੇਸ਼ ਆਪਣੇ ਜੀਵਨ ਵਿੱਚ ਕਮਾਉਣਾ ਹੀ ਨਹੀਂ, ਤੂੰ ਆਪ ਭਵ ਸਾਗਰ ਤੋਂ ਪਾਰ ਹੀ ਨਹੀਂ ਹੋਣਾ ਚਾਹੁੰਦਾ, ਤੈਨੂੰ ਧੱਕੇ ਨਾਲ ਥੋੜ੍ਹਾ ਕਰ ਦੇਣਾ। ਗੁਰੂ ਸਾਹਿਬ ਕਹਿੰਦੇ ਸਿੱਖੋ ਹੁਣ ਬਿਰਤੀ ਨੂੰ ਅੰਤਰਮੁਖ ਕਰ ਲਓ, ਜਗ ਦੇ ਪਦਾਰਥਾਂ ਸਵਾਰਥਾਂ ਤੋਂ ਆਪਾਂ ਦੂਰ ਕਰ ਲਓ। ਜਦੋਂ ਸਤਸੰਗ ਵਿੱਚ ਬੈਠੇ ਹੁੰਦੇ ਆ, ਗੁਰੂ ਦੀ ਕਥਾ ਇਸੇ ਲਈ ਸੁਣਦੇ ਆ ਵੀ ਜਿੰਨੀ ਦੇਰ ਮਰਗ ਦੀ ਕਥਾ ਸੁਣੀਏ ਸਾਡੇ ਖਿਆਲ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਨਾਲ ਹੋਣ। ਸਾਰਾ ਦਿਨ 24-23 ਘੰਟੇ ਸਾਡੇ ਸਮਾਜ ਵਿੱਚ ਹੀ ਸੁਣਦਿਆਂ ਵੀ ਸੁਪਨੇ, ਜਾਗਦਿਆਂ ਵੀ ਲੋਕਾਂ ਦੇ ਖਿਆਲ, ਇੱਕ ਘੰਟਾ ਸਾਡੇ ਕੋਲ ਹੁੰਦਾ ਜਦੋਂ ਸਤਸੰਗ ਵਿੱਚ ਬੈਠ ਕੇ ਗੁਰੂ ਵੱਲ ਖਿਆਲ ਹੁੰਦਾ, ਉਹੀ ਭਾਗਾਂ। ਗੁਰੂ ਰਾਮਦਾਸ ਮਰਦ ਕਹਿੰਦੇ ਮਹਾਨੰਦ ਵਿਧੀ ਚੰਦ ਜੀ, ਜੀਵਨ ਵਿੱਚ ਪਹਿਲਾਂ ਇਹ ਵਚਨ ਮੰਨ ਲਓ ਕਿ ਜੋ ਗੁਰੂ ਨੇ ਕਹਿਆ ਉਹਦੇ ਤੇ ਕਦੇ ਸ਼ੰਕਾ ਸੁਪਨੇ ਵਿੱਚ ਨਹੀਂ ਕਰਨਾ। ਜੀਵਨ ਚ ਐਸਾ ਧਾਰਨ ਕਰਨਾ ਵੀ ਗੁਰੂ ਦਾ ਉਪਦੇਸ਼ ਸੱਤ ਹੈ। ਅੱਜ ਸਾਡੇ ਸਿੱਖਾਂ ਦਾ ਹਾਲ ਮਾੜਾ ਕਿਉਂ ਆ ਜੀ? ਕਿਉਂ ਕਹਿੰਦੇ ਕਿ ਕੌਮ ਇੱਧਰ ਫਿਰਦੀ ਆ ਉੱਧਰ ਫਿਰਦੀ? ਅਸੀਂ ਮੰਨਦੇ ਜ਼ਰੂਰ ਯਾਰ, ਅਸੀਂ ਸਾਰੇ ਬੰਦੇ ਵਿਦਵਾਨ ਬਣੇ ਬੈਠੇ ਆ, ਗੁਰੂ ਦੀ ਤੇ ਇੱਕ ਵੀ ਨਹੀਂ ਮੰਨਦੇ, ਗੁਰੂ ਦੇ ਬਚਨਾਂ ਤੇ ਸ਼ੰਕੇ ਕਰਦੇ ਫਿਰਦੇ। ਏਦਾਂ ਦੀ ਕਿ ਏਦਾਂ ਕਰ ਲਈਏ ਜੀ, ਇਹ ਨਹੀਂ ਹੋ ਸਕਦਾ। ਹਰ ਚੀਜ਼ ਤੇ ਸ਼ਾਰਟਕਟ ਭਾਲਦੇ ਫਿਰਦੇ। ਸਾਡਾ ਤਾਂ ਜੀ ਕਰਦਾ ਸਾਨੂੰ ਕੋਈ ਆਖੇ ਵੀ ਨਿਤਨੇਮ ਨਾ ਕਰੋ, ਤੁਹਾਨੂੰ ਰੱਬ ਮਿਲ ਜੂ, ਗੁਰਦੁਆਰੇ ਨਾ ਜਾਇਆ ਕਰੋ, ਸਤਸੰਗ ਨਾ ਕਰਿਆ ਕਰੋ, ਕੇਸ ਨਾ ਰੱਖੋ, ਤੁਹਾਨੂੰ ਰੱਬ ਮਿਲ ਜੂ। ਤਾਂ ਹੀ ਦੇ ਰਿਹਾ ਤੇ ਧੱਕੇ ਖਾਂਦੇ ਫਿਰਦੇ ਲੋਕੀ, ਸ਼ਾਰਟਕਟ ਦੱਬਦੇ ਫਿਰਦੇ। ਪਰ ਗੁਰੂ ਨੇ ਤੇ ਤਿੱਖੀ ਲੀਕ ਖਿੱਚ ਕੇ ਆਖ ਦਿੱਤਾ, ਜਿਸ ਖੰਡੇ ਦੀ ਲਕੀਰ ਤੋਂ ਪਾਰ ਆਏਗਾ ਤੇ ਮੇਰਾ ਨਿਕਲੀ ਚੱਲ ਸੰਸਾਰ ਚ। ਸਤਿਗੁਰੂ ਕਹਿੰਦੇ ਬਚਨ ਮੰਨਣਾ ਪੈਣਾ, ਮੰਨ ਕੇ ਜੀਵਨ ਵਿੱਚ ਧਾਰਨ ਕਰਨਾ ਪੈਣਾ ਏ। ਆਪਣੋ ਜਬੈ ਸਰੂਪ ਪਛਾਨੋ, ਜਨਮ ਮਰਨ ਤਬ ਬੰਧਨ ਹਨੋ। ਸਤਿਗੁਰੂ ਕਹਿੰਦੇ ਦੱਸੋ ਤੁਹਾਡਾ ਸਰੂਪ ਕੀ ਹੈ, ਆਇਡੈਂਟੀ ਕੀ ਤੁਹਾਡੀ? ਦੋਨੇ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾ ਰਹੇ। ਮਰਦ ਨੇ ਇੱਕੋ ਹੀ ਸਵਾਲ ਕੀਤਾ, ਜਵਾਬ ਹੀ ਨਹੀਂ ਉਹਦਾ। ਮਰਦ ਨੇ ਦੱਸੋ, ਸੋਚ ਸਮਝ ਕੇ ਸਮਝ ਸਮਝ ਕੇ ਖਿਆਲ ਆਇਆ ਕਿ ਮੈਂ ਤੇ ਫਲਾਣਾ ਸਿੰਘ ਹਾਂ। ਹੁਣ ਜੇ ਕੋਈ ਸਾਨੂੰ ਆਇਡੈਂਟੀ ਪੁੱਛਦਾ, ਇਹ ਦੱਸਾਂਗੇ ਨਾ, ਮੇਰਾ ਨਾਂ ਰਜਿੰਦਰ ਸਿੰਘ, ਸ਼ਹਿਰ ਮੇਰਾ ਪਟਿਆਲਾ, ਆਹ ਫਲਾਣਾ ਫਲਾਣਾ ਮੇਰਾ ਇਹ ਪਰਿਵਾਰਕ ਮਿੱਤਰ ਹੈ, ਆਹ ਮੇਰਾ ਨੰਬਰ ਹੈ, ਆਹ ਮੇਰੀ ਆਈਡੀ ਹੈ, ਇਹ ਕੁਛ ਹੁੰਦਾ? ਕਹਿੰਦੇ ਪਾਤਸ਼ਾਹ ਕੈਸਾ ਸਵਾਲ ਕਰਤਾ, ਸੋਚੀ ਤਾਂ ਇੱਕ ਦੂਜੇ ਵੱਲ ਵੇ। ਮਾਲੀ ਕਹਿੰਦੇ ਦੱਸੋ, ਚੁੱਪ ਹੋ ਗਏ। ਗਰੀਬਨ ਵਾਸ ਫੇਰ ਆਖਦੇ ਨੇ, ਕਹਿੰਦੇ ਆਪਣਾ ਰੂਪ ਦੱਸੋ ਕਿਹੜਾ? ਭਾਈ ਜੇ ਆਪਣੇ ਰੂਪ ਦੀ ਪਛਾਣ ਆ ਗਈ, ਜੰਮਣ ਮਰਨ ਦਾ ਡਰ ਉਸੇ ਪਲ ਹੀ ਮੁੱਕ ਜਾਣਾ। ਸਤਨਾਮ ਪਲ ਸਮਝਦੇ ਨੇ, ਸੈਕਿੰਡ, ਇੱਕ ਸੈਕਿੰਡ ਦਾ ਕੰਮ ਹੈ ਜੰਮਣ ਤੇ ਮਰਨ ਦਾ ਡਰ ਮੁੱਕ। ਪਰ ਮੁੱਕੂ ਉਦੋਂ ਜਦੋਂ ਆਪਣੇ ਆਪ ਨੂੰ ਪਛਾਣੋਗੇ। ਹੱਥ ਜੋਰ ਸੁਣ ਦੋਣ ਬਖਾਨ ਹੈ, ਹਮ ਤੋ ਇਹੋ ਸਰੂਪ ਨਿਜ ਜਨ ਹੈ। ਜਦੋਂ ਕੁਝ ਵੀ ਸਮਝ ਨਾ ਆਇਆ, ਕਹਿੰਦੇ ਮਰਦ ਅਸੀਂ ਤੇ ਆਪਣੇ ਇਸ ਰੂਪ ਨੂੰ ਜਾਣਦੇ ਹਾਂ ਜਿਹੜੇ ਰੂਪ ਚ ਅਸੀਂ ਰਹਿ ਰਹੇ, ਸਾਡਾ ਵੀ ਸੰਸਾਰੀ ਰੂਪ ਹੈ।
ਜੇ ਕੋਈ ਔਰਤ ਦੇ ਜਾਮੇ ਵਿੱਚ ਆਈ ਹੈ, ਉਹਨੂੰ 20 ਸਾਲ ਬਾਅਦ ਪੁੱਛ ਲਿਓ, 30 ਸਾਲ ਬਾਅਦ ਪੁੱਛ ਲਿਓ, ਉਸ ਔਰਤ ਨੇ ਆਪਣੇ ਆਪ ਨੂੰ ਔਰਤ ਹੀ ਮੰਨਣਾ, ਗਰੰਟੀ ਹੈ। ਉਹਨੇ ਆਪਣੇ ਆਪ ਨੂੰ ਫੀਮੇਲ ਹੀ ਦੇਖਣਾ। ਕੋਈ ਮਰਦ ਦੇ ਰੂਪ ਵਿੱਚ ਆਇਆ, ਉਹ ਅੱਜ ਹੈ ਭਾਵੇਂ 60-70 ਸਾਲ ਨੂੰ, ਉਹਨੂੰ ਜਿੱਥੇ ਵੀ ਪੁੱਛਿਆ ਜਾਊ, ਉਹ ਕਹਿੰਦਾ ਮੇਰੀ ਪਛਾਣ ਮੇਲ ਹੈ, ਮੈਂ ਮਰਦ ਹਾਂ, ਮੈਂ ਮਨੁੱਖ ਹਾਂ, ਮੈਂ ਫਲਾਣਾ ਸਿੰਘ ਹਾਂ। ਸਤਿਗੁਰੂ ਕਹਿੰਦੇ ਪਛਾਣ ਦੱਸੋ ਭਾਈ, ਫਿਰ ਦੋਨੇ ਵੱਖ ਵੱਖ ਬਿਠਾ ਲਏ। ਉਹ ਆਪਣੀ ਪਛਾਣ ਦੀ ਗੱਲ ਕਰਦੇ ਵੀ ਮੈਂ ਕੌਣ ਆ, ਮੈਨੂੰ ਕੌਣ ਕੌਣ ਜਾਣਦਾ, ਸਾਡੀ ਪਛਾਣ ਹੀ ਮੈਨੂੰ ਕਿੰਨੇ ਲੋਕ ਜਾਣਦੇ ਆ। ਆ ਲੋਕੀ ਸੋਸ਼ਲ ਮੀਡੀਆ ਤੇ ਨੰਗੇ ਕਿਉਂ ਹੋਏ ਫਿਰਦੇ ਆ, ਬਾਤ ਕਰੋ। ਲੋਕਾਂ ਨੇ ਇੱਜ਼ਤਾਂ ਨੂੰ ਦਾਅ ਤੇ ਕਿਉਂ ਟੰਗਿਆ ਹੋਇਆ, ਮੈਨੂੰ ਲੋਕ ਜਾਣ ਯਾਰ, ਜ਼ਮਾਨਾ ਕਿਹਨੂੰ ਕਿਹਨੂੰ ਜਾਣੂਗਾ, ਦੁਨੀਆਂ ਤੁਰੀ ਫਿਰਦੀ ਧੱਕੇ ਖਾਂਦੀ, ਇੱਥੇ ਕੌਣ ਕੌਣ ਕਿਹਨੂੰ ਜਾਣੇ, ਜੇ ਜਾਣ ਵੀ ਲਊ ਤੇ ਫਿਰ ਕਿਹੜਾ ਸਦਾ ਹੈ, ਪਤਨੀ ਹੈ। ਕਹਿੰਦੇ ਮਹਾਰਾਜ ਸਾਡਾ ਜਿਹੜਾ ਸਰੀਰ ਹੈ ਇਹ ਸਾਡਾ ਰੂਪ ਹੈ, ਮੇਰਾ ਕੱਦ 5 ਫੁੱਟ 5 ਇੰਚ, 5 ਫੁੱਟ 6 ਇੰਚ, 5 ਫੁੱਟ 7 ਇੰਚ, ਇਹ ਦੱਸਣ ਲੱਗ ਗਏ। ਕਹਿੰਦੇ ਮਹਾਰਾਜ ਮੈਂ ਫਲਾਣਾ ਸਿੰਘ ਹਾਂ, ਮੇਰਾ ਇਹ ਰੂਪ ਹੈ, ਜਨਮੇ ਹੋਏ ਨੰਦਨ ਖੱਤਰੀਣ, ਖੱਤਰੀ ਹੈ ਨਰ ਤਨ ਮਨ ਚੀਨ। ਅਸੀਂ ਖੱਤਰੀਆਂ ਦੇ ਘਰ ਜੰਮੇ, ਮਾਂ ਬਾਪ ਮੇਰੇ ਖੱਤਰੀ, ਉਹਨਾਂ ਮੈਨੂੰ ਇਹ ਪਛਾਣ ਦੇ ਕੇ ਮੇਰੇ ਦਿਲ ਦਿਮਾਗ ਚ ਇੱਕ ਜ਼ਹਿਰ ਭਰਤਾ ਵੀ ਪੁੱਤ ਤੇਰੀ ਜਾਤ ਖੱਤਰੀ ਹੈ। ਇਹ ਹੋਰ ਕੀ ਨੇ ਭਰਿਆ ਜੀ ਸਾਡੇ ਸਾਰਿਆਂ ਦੇ ਦਿਲ ਦਿਮਾਗ, ਸਾਡੇ ਮਾਂ ਬਾਪ, ਹੁਣ ਤੇ 5 ਸਾਲ ਦਾ ਬੱਚਾ ਹੁੰਦਾ ਆਪਣੇ ਨਾਮ ਦੇ ਨਾਲ ਸਿੰਘ ਨੀ ਲਾਉਂਦਾ, ਗੋਤ ਲਾਉਂਦਾ, ਸਾਡੇ ਸਿੱਖਾਂ ਦੇ ਵੀ ਆਵੇ ਉੱਤੇ ਹੋਏ ਆ। ਹੁਣ ਤੁਸੀਂ ਦੱਸੋ ਬੱਚੇ ਦਾ ਕਸੂਰ ਕੀ ਹੈ ਜੀ, ਕਸੂਰ ਕਿਹਦਾ ਹੈ, ਮਾਂ ਬਾਪ, ਜਿਨ੍ਹਾਂ ਨੇ ਉਹਨੂੰ ਦੱਸਿਆ ਹੀ ਨੀ ਪੁੱਤ ਤੇਰੇ ਨਾਮ ਨਾਲ ਸਿੰਘ ਲੱਗਦਾ, ਤੇਰੇ ਨਾਮ ਨਾਲ ਕੌਰ ਲੱਗਦਾ, ਆਪਣੇ ਆਪ ਉਪਜਾਤਾਂ ਦੀਆਂ ਲਾਲਾਂ ਦੱਸਦੇ ਵੀ ਅਸੀਂ ਤੇ ਫਲਾਣੇ ਹੁੰਦੇ ਹਾਂ। ਮੈਂ ਕਿਹਾ ਇਹ ਹਵਾ ਨਾ ਕਰੋ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਉਹਨਾਂ ਦੀ 4th ਕਲਾਸ ਹੈ, ਗੋਤ ਉਹਨਾਂ ਦੇ ਵੀ ਤੁਹਾਡੇ ਨਾਲ ਹੀ ਬਹਿਸ ਕਰਦੇ ਆ, ਸਤਨਾਮ ਲੋਕਾਂ ਦੀ ਬੋਲੀ ਨੀ ਗੱਲ ਕਰਦੇ, ਫਿਰ ਕੀ ਕਰੋਗੇ। ਸਿੰਘ ਤੇ ਕੌਰ ਗੁਰੂ ਦੇ ਬਖਸ਼ਿਸ਼ ਕੀਤਾ। ਕਹਿੰਦੇ ਮਰਦ ਸਾਡੇ ਮਾਂ ਬਾਪ ਨੇ ਸਾਨੂੰ ਪਛਾਣ ਦਿੱਤੀ, ਤੁਸੀਂ ਖੱਤਰੀ ਹੋ, ਇੱਕ ਬੱਚਾ ਲਾਵਾਰਸ ਹੋਵੇ ਜੀ, ਮਾਂ ਬਾਪ ਜਨਮ ਤੋਂ ਬਾਅਦ ਸੁੱਟ ਕੇ ਪੜੇ ਨੇ, ਸਰਕਾਰਾਂ ਦੇ ਜਿਹੜੇ ਪੰਘੂੜੇ ਨੇ ਜਿੱਥੇ ਬੱਚੇ ਪਏ ਆ ਛੋਟੇ ਛੋਟੇ ਚਾਈਲਡ ਕੇਅਰ ਸੈਂਟਰ, ਉੱਥੇ ਜਿਹੜੇ ਬੱਚੇ ਉਹਨਾਂ ਦੀ ਜਾਤਾਂ ਕੀ ਨੇ ਜੀ, ਜਿਸ ਪਰਿਵਾਰ ਨੇ ਅਡੋਪਟ ਕਰ ਲਿਆ ਵੀ ਉਹੀ ਜਾਤ ਹੈ। ਇਹ ਹਿੰਦੁਸਤਾਨ ਦੀ ਧਰਤੀ ਤੇ ਸਾਡੇ ਏਸ਼ੀਆ ਚ ਬਹੁਤ ਬੜਾ ਜਾਤਾਂ ਵਾਲਾ। ਕਹਿੰਦੇ ਜੀ ਸਾਡੇ ਮਾਂ ਬਾਪ ਨੇ ਸਾਨੂੰ ਪਛਾਣ ਦਿੱਤੀ ਵੀ ਪੁੱਤ ਤੂੰ ਖੱਤਰੀ ਹੈ, ਤੇਰੇ ਧਰਮ ਦਾ ਕਿਰਤ ਦਾ ਇਹੀ ਦਾਇਰਾ ਹੈ। ਕਹਿੰਦੇ ਮੈਂ ਆਪਣੇ ਆਪ ਨੂੰ ਖੱਤਰੀ ਮੰਨੇ, ਮੈਂ ਆਪਣੇ ਆਪ ਨੂੰ ਵੱਡਾ ਮਨੁੱਖ ਮੰਨ ਲਿਆ ਵੀ ਸਾਡੀ ਜਾਤ ਉੱਚੀ ਹੈ। ਕਹਿੰਦੇ ਮਹਾਰਾਜ ਉਹਦੇ ਵਿੱਚ ਹੀ ਮੇਰਾ ਨਾਂ ਰੱਖਿਆ ਗਿਆ, ਉਹਦੇ ਹਿਸਾਬ ਨਾਲ ਉਹੋ ਜਿਹਾ ਨਾਂ ਰੱਖਤਾ ਪਰਿਵਾਰ। ਕਹਿੰਦੇ ਹੁਣ ਉਹ ਨਾਮ ਮੇਰਾ ਹੈ, ਸਰੀਰ ਮੇਰਾ ਹੈ, ਪਰਿਵਾਰ ਮੇਰਾ ਹੈ, ਮਾਂ ਬਾਪ ਮੇਰੇ ਨੇ। ਹੋਰ ਬਾਲਕ ਮੈਂ ਕੋ ਤਰੇ ਤਰਨ ਭਏ ਅਬ ਬੋ ਬਲ ਭਏ। ਪਾਤਸ਼ਾਹ ਉਹ ਪਛਾਣ ਇੰਨੀ ਬਣ ਗਈ, ਬਚਪਨ ਵਿੱਚ ਵੀ ਆਖਦੇ ਰਹੇ ਸਾਡੀ ਜਾਤ ਫਲਾਣੀ, ਕਹਿੰਦੇ ਬੁੱਢਾ ਹੋ ਗਿਆ ਤਾਂ ਵੀ ਉਹੀ ਜਾਤ, ਜਵਾਨੀ ਚ ਵੀ ਉਹੀ ਜਾਤ ਹੈ, ਬੰਦਾ ਚੇਂਜ ਕਰਦਾ ਆਪਣੀ ਜਾਤ ਨਹੀਂ। ਪੁੱਛੋ ਕਹਿੰਦਾ ਮੇਰੀ ਫਲਾਣੀ ਜਾਤ ਹੈ ਜੀ, ਅਸੀਂ ਉੱਚੀ ਜਾਤ ਵਾਲੇ, ਅਸੀਂ ਨੀਵੀਂ ਜਾਤ ਹੈ, ਮਾਣ ਦੋਨਾਂ ਤੋਂ ਹੀ ਹੈ, ਨੀਵੀਂ ਵਾਲਿਆਂ ਨੂੰ ਵੀ ਮਾਣ ਹੈਗਾ, ਉਹ ਵੀ ਲੱਭਦੇ ਫਿਰੀ ਜਾਂਦੇ ਫਲਾਣਾ ਸਾਡੇ ਚੋਂ, ਫਲਾਣਾ ਸਾਡੇ ਚੋਂ, ਉੱਚੀ ਜਾਤ ਵਾਲੇ ਵੀ ਇਸੇ ਹੰਕਾਰ ਚ ਫਿਰੀ ਜਾਂਦੇ ਫਲਾਣਾ ਸ਼ਹੀਦ ਸਾਡੇ ਚੋਂ ਆ ਗਿਆ,
ਫਲਾਣੇ ਗੁਰੂ ਸਾਹਿਬ ਸਾਡੇ ਚੋਂ ਨੇ, ਫਲਾਣਾ ਸਿੰਘ ਸਾਡੇ ਚੋਂ ਹੈ, ਫਲਾਣਾ ਧਰਮ ਸਾਡੇ ਚੋਂ ਹੈ। ਮਤਲਬ ਸਮਾਜ ਨੇ ਇਸ ਮਨੁੱਖ ਨੂੰ ਉਲਝਾ ਕੇ ਰੱਖਤਾ, ਰਾਜਨੀਤੀ ਨੇ ਵੀ ਆਪਸ ਚ ਡਾਂਗਾ ਸੋਟੇ ਹੁੰਦੇ ਰਹੋ, ਕਿਤੇ ਸਾਡੀ ਕੁਰਸੀ ਵੱਲੋਂ ਨਹੀਂ ਹੋਇਆ ਤੇਰੀ, ਚਲੋ ਲੜਦੇ ਵੀ ਸਾਡੀ ਜਾਤ ਦਾ ਕੋਟਾ ਇਹ, ਸਾਨੂੰ ਕੋਟੇ ਚ ਰੱਖ ਲਓ, ਸਾਨੂੰ ਕੋਟੇ ਤੋਂ ਬਾਹਰ ਕਰ ਦਿਓ, ਸਾਨੂੰ ਰਿਜ਼ਰਵੇਸ਼ਨ ਦੇ ਦਿਓ, ਸਾਨੂੰ ਇਹ ਤੋਂ ਬਾਹਰ ਕਰ ਦਿਓ, ਫਿਰ ਦੀਆਂ ਦੁਨੀਆਂ ਇਹ ਸਿਆਸਤ ਸੀ। ਐਸੀ ਸਿਆਸਤ ਖੇਡ ਕੇ ਲੋਕਾਂ ਨੂੰ ਜਾਤਾਂ ਪਾਤਾਂ ਚ ਉਲਝਾ ਕੇ ਰੱਖਤਾ, ਉਹ ਜਾਤਾਂ ਪਾਤਾਂ ਇੱਥੋਂ ਤੱਕ ਵੱਧ ਗਈਆਂ ਵੀ ਧਰਮ ਦੇ ਨਾਂ ਤੇ ਲੋਕ ਆਪਸ ਚ ਡਾਂਗੋ ਡਾਂਗੀ ਹੋਈ ਜਾਂਦੇ। ਕੋਈ ਸੋਚ ਹੀ ਨਹੀਂ ਸਕਦਾ ਮੈਂ ਪ੍ਰਧਾਨ ਮੰਤਰੀ ਬਣਾ ਹੈ, ਕਿਸੇ ਦੀ ਸੋਚ ਜਿਹਨੂੰ ਪੁੱਛੋ ਮੈਂ ਫਲਾਣਾ ਕੰਮ ਕਰਕੇ ਬਾਹਰ ਚਲ ਜਾਣਾ, ਦਸ ਪੜ੍ਹ ਕੇ ਅਨਪੜ੍ਹ ਹੀ ਹੁੰਦਾ, ਦਸ ਸਾਡਾ ਇੱਧਰ ਚਲ ਜਾਣਾ, ਇੱਥੇ ਵੀ ਕਰਨਾ, ਆਹ ਫਲਾਣਾ ਕੰਮ ਕਰਕੇ ਮੈਂ ਰੇਹੜੀ ਲਾਉਂ, ਆਹ ਕੰਮ ਕਰਕੇ ਮੈਂ ਦੁਕਾਨ ਬਣਾਉਂ। ਕੋਈ ਬੰਦਾ ਉੱਚਾ ਉੱਠਣਾ ਨਹੀਂ ਚਾਹੁੰਦਾ, ਕਿਉਂਕਿ ਸਮਾਜ ਦੇ ਸਿਸਟਮ ਨੇ ਉਹਨੂੰ ਇਹਨਾਂ ਕੋਲ ਜਾ ਕੇ ਰੱਖਤਾ, ਉਹਨੂੰ ਲੱਗਦਾ ਵੀ ਇੱਕ ਨੌਕਰੀ ਮਿਲ ਜੇ ਸ਼ਾਇਦ ਆਹੀ ਮੇਰੀ ਜ਼ਿੰਦਗੀ ਆ, ਇੱਥੇ ਰੱਖਤਾ ਨਾ ਵੀ ਨੌਕਰੀ ਮਿਲ ਜੇ, ਘਰ ਬਣ ਜੇ, ਬਸ ਮੇਰੀ ਜ਼ਿੰਦਗੀ ਬਾਅਦ ਹੈ। ਇਹ ਤੋਂ ਉੱਚਾ ਕਦੇ ਬੰਦਾ ਸਾਰੀ ਜ਼ਿੰਦਗੀ ਸੋਚ ਹੀ ਨਹੀਂ ਸਕਦਾ। ਸਰਕਾਰੀ ਨੌਕਰੀ ਮਿਲ ਜੇ ਜੀਂਦਾ ਹੈ, ਕੁਛ ਵੀ ਚਾਹੀਦਾ ਰਿਹਾ ਤੇ ਫਿਰ ਨੌਕਰ ਦਾ ਨੌਕਰੀ ਹੈ। ਕਦੇ ਰਾਜਾ ਬਣਨਾ ਵੀ ਚਾਹਨਾ ਜ਼ਿੰਦਗੀ ਚ, ਕਦੇ ਬਾਦਸ਼ਾਹ ਬਣਨ ਦੀ ਵੀ ਸੋਚ ਰੱਖ ਲਓ, ਨਹੀਂ ਰੱਖ ਸਕਦਾ ਕਿਉਂਕਿ ਮਨੁੱਖ ਦੀ ਸੋਚ ਨੂੰ ਇੱਥੋਂ ਤੱਕ ਹੀ ਸੀਮਿਤ ਰੱਖਿਆ, ਤੇਰੀ ਫਲਾਣੀ ਜਾਤ ਹੈ, ਇਸ ਕੋਟੇ 'ਚ ਤੈਨੂੰ ਫਲਾਣੀ ਨੌਕਰੀ, ਤੂੰ ਨੌਕਰ ਫਿਰ ਬਣੇਗਾ, ਚਾਹੇ ਨੌਕਰ ਵੱਡਾ ਹੋਵੇ ਚਾਹੇ ਛੋਟਾ ਹੋਵੇ, ਪਰ ਸਲੂਟ ਫਿਰ ਕਰਨਾ ਪੈਣਾ। ਸੀਮਿਤ ਸੋਚ ਹਨ ਕਿ ਧਰਮ ਦੇ ਦਾਇਰਿਆਂ ਵਿੱਚ, ਜਾਤਾਂ ਦੇ ਬੰਧਨਾਂ 'ਚ ਮਨੁੱਖ ਨੂੰ ਬੰਨ ਕੇ ਰੱਖਿਆ ਗਿਆ ਵੀ ਤੂੰ ਵੱਡਾ ਸੋਚੀ ਨਹੀਂ, ਲੈ ਤੁਸੀਂ ਸਿੱਖ ਵੀ ਬਣ ਜਾਓ ਮਾਫ ਕਰੇ। ਦੂਜੇ ਧਰਮ ਦੇ ਲੋਕ ਜਿਨ੍ਹਾਂ ਨੇ ਸਿੱਖੀ ਵਿੱਚ ਕਿਸੇ ਭਗਤ ਦੇ ਨਾਂ 'ਤੇ ਗੁਰੂ ਘਰ ਬਣਾਇਆ, ਵੈਸੇ ਤਾਂ ਭਗਤ ਗੁਰੂ ਦਾ ਰੂਪ ਨੇ, ਅਤੇ ਮੈਂ ਤਾਂ ਕਹਿੰਦਾ ਵੀ ਜਿਹਨਾਂ ਲੋਕਾਂ ਨੇ ਬਣਾ ਲਏ ਵੀ ਇਹ ਭਗਤ ਵੀ ਸਿਰਫ ਸਾਡੇ ਰਜਿਸਟਰ ਨੇ, ਇੱਥੇ ਦੂਜਾ ਨਹੀਂ ਆ ਸਕਦਾ, ਲੈ ਤੁਸੀਂ ਉਹਨਾਂ ਦੇ ਗੁਰਦੁਆਰੇ ਜਾ ਕੇ ਬੈਠੋ, ਇੱਥੇ ਮੈਂ ਉਹਨਾਂ ਦੇ ਸ਼ਬਦ ਵਰਤੇ ਆ, ਤੁਹਾਨੂੰ ਕੰਫਰਟ ਫੀਲ ਨਹੀਂ ਹੋਣਾ, ਤੁਹਾਨੂੰ ਲੱਗੀ ਜਾਣਾ ਵੀ ਇਹ ਸਮਾਜ ਇਹ ਭਾਈਚਾਰਾ ਸਾਨੂੰ ਅਡੋਪਟ ਨਹੀਂ ਕਰਦਾ, ਵਧੀਆ ਨਹੀਂ ਚੱਲਣਾ, ਕਿਉਂਕਿ ਵੰਡੀਆਂ ਪੈ ਗਈਆਂ। ਮਨੁੱਖ ਨੇ ਸਮਾਜ ਨੂੰ ਆਪਣਾ ਰੂਪ ਬਣਾ ਲਿਆ, ਜਿਹੜਾ ਇਹਨੂੰ ਰੂਪ ਦਿੱਤਾ ਗਿਆ ਵੀ ਤੇਰੀ ਜਾਤ ਫਲਾਣੀ ਆ, ਵੀ ਤੂੰ ਹੀ ਰਹਿਣਾ। ਭਗਤ ਕਬੀਰ ਆਪ ਲਿਖਦੇ ਆ, ਕਹਿੰਦੇ ਮੈਨੂੰ ਸਮਾਜ ਨੇ ਇੱਥੋਂ ਤੱਕ ਰੱਖਤਾ, ਜਾਤ ਜੁਲਾਹਾ ਮਤ ਗਾਂਧੀ, ਕਹਿੰਦੇ ਮੈਨੂੰ ਕਹਿੰਦੇ ਸੀ ਤੂੰ ਖੱਡੀ ਬਣੀ ਜਾਇਆ ਕਰ, ਇਹ ਤੋਂ ਬਾਅਦ ਤੂੰ ਸੋਚ ਹੀ ਨਹੀਂ ਸਕਦਾ, ਤੂੰ ਭਗਤੀ ਨਹੀਂ ਕਰ ਸਕਦਾ। ਕਹਿੰਦੇ ਮੈਂ ਖੱਡੀ ਦੀ ਕਿਰਤ ਦੇ ਨਾਲ ਰੱਬ ਦਾ ਨਾਂ ਜਪਿਆ, ਸਹਿਜ ਸਹਿਜ ਗੁਣ ਰਮੈ ਕਬੀਰ, ਕਹਿੰਦੇ ਜਪ 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 ਉਸ ਪਿਆਰੇ ਨੂੰ ਰੱਬ ਕਬੀਰ ਤੇ ਕਬੀਰ ਰੱਬ ਹੋ ਗਿਆ, ਤੋ ਸਤਨਾਮ ਤਾਣਾ ਬਾਣਾ ਹੀ ਤੋੜਦਾ, ਆ ਜਾਲ ਨੈਕਸਸ ਤੋੜ ਕੇ ਰੱਖਦਾ, ਇਹ ਇੱਕ ਨੈਕਸਸ ਆ ਬਹੁਤ ਵੱਡਾ। ਜਾਤਾਂ ਪਾਤਾਂ ਦੇ ਆਧਾਰ ਤੇ ਜਿਹੜੇ ਲੋਕ ਵਸੇ ਤਰੱਕੀ ਥੋੜਾ ਕਰ ਸਕਦੇ, ਇੱਥੇ ਕੁਛ ਨਹੀਂ ਵੀ ਮੈਨੂੰ ਹੁਣ ਆਹ ਪੈਨਸ਼ਨ ਆ ਗਈ, ਆ ਟੀ ਏ ਮਿਲ ਗਿਆ, ਡੀ ਏ ਮਿਲ ਗਿਆ, ਫਲਾਣਾ ਮਿਲ ਗਿਆ, ਭਾਈ ਤੂੰ ਉੱਪਰ ਨਹੀਂ ਕਦੇ ਸੋਚ ਸਕਦੇ, ਕਰ ਸਕਦੇ ਪਰ ਉਹ ਨਹੀਂ। ਜਿਨ੍ਹਾਂ ਦੀ ਸੋਚ ਵਿੱਚ ਨੌਕਰ ਚਾਕਰੀ ਆ ਗਈ ਨਾ, ਉਹ ਬੰਦਾ ਕਦੇ ਰਾਜਿਆਂ ਦੀ ਸੋਚ ਨਹੀਂ ਰੱਖ ਸਕਦਾ, ਉਹ ਸਤਨਾਮ ਕਦੇ ਨਹੀਂ ਰੱਖ ਸਕਦਾ। ਗੁਰੂ ਸਾਹਿਬ ਦੇ ਸਾਨੂੰ ਕਹਿੰਦੇ ਮਰਦ ਅਸੀਂ ਖੱਤਰੀਆਂ, ਹੁਣ ਮਰਦ ਨੇ ਇਹ ਵੀ ਬਾਣੀ ਚ ਲਿਖਤਾ ਕਹਿੰਦੇ ਖੱਤਰੀਆਂ ਦਾ ਧਰਮ ਛੋੜਿਆ ਮਲੇਸ਼ ਭਾਖਿਆ, ਕਹਿੰਦੇ ਖੱਤਰੀ ਖੱਤਰੀ ਰਹਿ ਗਏ, ਕੋਈ ਉਹ ਵੀ ਝੂਠ ਬੋਲਦੇ ਆ, ਮਾੜੇ ਕੰਮ ਕਰਦੇ, ਜੇ ਤੂੰ ਖੱਤਰੀਆਂ ਤੇ ਜੰਮਿਆ ਤੂੰ ਵੱਡਾ ਹੋ ਗਿਆ, ਨਹੀਂ ਜਾਤ ਕਰਕੇ ਜੰਮਿਆ ਤੂੰ ਉੱਚਾ ਨਹੀਂ, ਉੱਚਾ ਤੂੰ ਆਪਣੇ ਕਿਰਦਾਰਾਂ ਕਰਕੇ ਹੋਏਗਾ। ਗੁਰੂ ਪਾਤਸ਼ਾਹ ਦੇ ਸਾਨੂੰ ਖੜੇ ਸੀ, ਕਹਿੰਦੇ ਮਹਾਰਾਜ ਸਾਨੂੰ ਕਈ ਲੱਗਦਾ ਵੀ ਮੇਰਾ ਤੇ ਨਾਮ ਵਾਹਨ ਚੰਦ ਹੈ, ਮੇਰਾ ਨਾਮ ਵਿਧੀ ਚੰਦ ਹੈ, ਸਾਨੂੰ ਪਰਿਵਾਰ ਨੇ ਹੀ ਨਾਮ ਦਿੱਤਾ, ਇਹ ਸਰੀਰ ਸਾਡੇ ਮਾਂ ਬਾਪ ਤੋਂ ਮਿਲਿਆ, ਅਸਲ ਤਾਂ ਹੈ ਵਿਧੀ ਹੈ।
ਮਾਂ ਬਾਪ ਨੇ ਭੋਜਨ ਕੀਤਾ, ਉਸ ਭੋਜਨ ਤੋਂ ਮਜ਼ਾ ਰੁਦਰ ਬਣਿਆ, ਰੂਹ ਬਣਿਆ, ਵੀਰਸ ਬਣਿਆ, ਹੈ ਤੇ ਮਿੱਟੀ ਦਾ ਰੂਪ ਸੀ, ਇੱਕ ਮਿੱਟੀ ਦਾ ਪੁਤਲਾ ਬਣਿਆ। ਇਸ ਪੁਤਲੇ ਨੂੰ ਮਾਣ ਹੋ ਗਿਆ ਵੀ ਮੈਂ ਜਵਾਨ ਹਾਂ, ਹੁਣ ਜੇ ਮੈਂ ਬੁੱਢਾ ਹੋ ਗਿਆ ਅਜੇ ਵੀ ਨੀ ਮੰਨਦਾ ਮੈਂ ਬੁੱਢਾ, ਕਹਿੰਦਾ ਨਹੀਂ ਮੈਂ ਹੁਣ ਸਿਆਣਾ ਹੋ ਗਿਆ, ਮੈਂ ਸੀਨੀਅਰ ਸਿਟੀਜ਼ਨ ਹਾਂ। ਇਸ ਕਰਕੇ ਬੱਚੇ ਪਰਾਂ ਨੂੰ ਇਹ ਸੀਟ ਛੱਡ ਗਈ, ਫਿਰ ਦੀ ਬਦਲ ਗਈ, ਅੰਦਰੋਂ ਮਾਣ ਹੰਕਾਰ ਮਿੱਟੀ ਦਾ ਗਿਆ ਨਾ। ਬਿਨ ਤਾਨੇ ਅਪਰ ਕਛੋ ਨਹੀਂ ਜਾਣੇ, ਆਪਣਾ ਰੂਪ ਇਹੀ ਹਮ ਮਨ ਹੈ। ਕਹਿੰਦੇ ਪਾਤਸ਼ਾਹ ਸਾਡੀ ਸੋਚ ਮੁਤਾਬਕ ਸਾਡਾ ਸਰੀਰ ਸਾਡਾ ਰੂਪ ਹੈ, ਅਸੀਂ ਇਹ ਤੋਂ ਬਾਹਰ ਕਦੇ ਚਿਤ ਸਕਦੇ ਹਾਂ, ਸੋ ਸਕਦੇ ਹਾਂ? ਹੱਥ ਪੈਰ ਨੱਕ ਰੂਪ ਹਨ, ਇਹੀ ਤੇ ਸਾਡਾ ਰੂਪ ਹੈ। ਇਹਦੇ ਪਿੱਛੇ ਮਰਦੇ ਫਿਰਦੇ ਫੋਟੋਆਂ ਕਾਹਦੀਆਂ ਨੇ? ਆਪਣੀਆਂ ਤਸਵੀਰਾਂ, ਸਾਨੂੰ ਆਪਣੀ ਤਸਵੀਰ ਸੋਹਣੀ ਲੱਗਦੀ, ਦੂਜੇ ਦੀ ਕਹਿੰਦੇ ਰਿਜੈਕਟ ਹੈ, ਬੇਕਾਰ ਹੈ, ਮੈਂ ਸੋਹਣਾ, ਦੱਸੋ ਮੇਰੀ ਫੋਟੋ ਕਿੱਦਾਂ ਲੱਗੀ? ਕਹਿੰਦੇ ਮਹਾਰਾਜ ਸਾਨੂੰ ਸਾਡਾ ਰੂਪ ਸਾਡੇ ਮਾਂ ਬਾਪ ਤੋਂ ਮਿਲਿਆ, ਅਸੀਂ ਇਸੇ ਰੂਪ ਚ ਜਿਉਂਦੇ ਹਾਂ, ਸਭ ਜੀ ਰਹੇ ਹਾਂ, ਬਚਪਨ ਤੋਂ ਲੈ ਕੇ ਜਵਾਨੀ ਤੱਕ, ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਬੰਦਾ ਕੋਸ਼ਿਸ਼ ਕਰੀ ਜਾਂਦਾ ਵੀ ਜਿਹੜੇ ਨੈਣ ਨਕਸ ਮੇਰੇ ਬੁਢਾਪੇ ਚ ਦਿਸਦੇ ਆ ਨਾ, ਉਹ ਜਵਾਨੀ ਵਰਗੇ ਹੋਣੇ ਚਾਹੀਦੇ, ਉਹ ਰਿਵਰਸ ਹੋਣਾ ਚਾਹੀਦਾ, ਉਹੋ ਜਿਹਾ ਹੀ ਲੱਗਦਾ ਬੁੱਢਾ ਨੂੰ, ਪਰ ਕਿਉਂ ਇਹਨੂੰ ਲੱਗਦਾ ਮੇਰਾ ਉਹ ਰੂਪ ਬੜਾ ਸੋਹਣਾ? ਕਿਸੇ ਬਜ਼ੁਰਗ ਕੋਲ ਬਹਿ ਜਾਓ, ਗੱਲਾਂ ਕਰੋ, ਉਹ ਵੀ ਆਪਣੀ ਫੋਟੋ ਤੇ ਵਿਖਾ ਕੇ ਕਹਿੰਦਾ ਕਾਕਾ ਐਵੇਂ ਨਾ ਬਹੁਤੀ ਛਾਲਾਂ ਮਾਰ, ਹਰੇਕ ਜਵਾਨੀ ਚ ਮੈਂ ਕਿੰਨਾ ਸੋਹਣਾ ਸੀ, ਇਸੇ ਤਰੀਕੇ ਦਾ ਬਾਪੂ ਬੜਾ ਸੋਹਣਾ ਸੀ ਜਵਾਨੀ ਚ ਹੈ, ਕਹਿੰਦਾ ਬਾਪੂ ਤੋਂ ਚਾਹੇ 500 ਲੈ ਲਓ ਉਸੇ ਵਕਤ, ਕਹਿੰਦਾ ਪੁੱਤ ਜਿਉਂਦਾ ਰਹਿ, ਸਿਆਣਾ ਤੂੰ ਬੜਾ ਚੰਗਾ ਤਰੀਕ ਕਰਕੇ, ਕਿਉਂ? ਕਿਉਂਕਿ ਮਨੁੱਖ ਨੂੰ ਆਪਣੇ ਕਿਸ ਰੂਪ ਦਾ ਮਾਣ ਹੋ ਗਿਆ, ਸਾਨੂੰ ਸਾਰੇ ਸਾਨੂੰ ਕੋਈ ਕਹਿ ਦੇ ਵੀ ਤੂੰ ਸੋਹਣਾ ਨਹੀਂ ਲੱਗਿਆ, ਚਾਹੇ ਉਹ ਔਰਤ ਹੈ ਚਾਹੇ ਮਰਦ ਹੈ, ਕੱਪੜੇ ਚਾਹੇ 50,000 ਦੇ ਪਾਏ ਹੁਣ ਮੈਂ ਕਹਿੰਦਾ ਚਲਾ ਕੇ ਉਹ ਸੁੱਟ ਦੇਣੇ, ਦੁਬਾਰਾ ਨਹੀਂ ਪਾਉਂਦਾ, ਕਹਿੰਦੇ ਹੋ ਕਿਸੇ ਨੂੰ ਵੀ ਅੱਜ ਤੂੰ ਆਹ ਕੱਪੜੇ ਪਾਏ ਨਹੀਂ ਤੇਰੇ ਜਾਂਚ ਦੇ ਹੋਏ, ਐਵੇਂ ਬੇਕਾਰ ਜਿਹਾ ਲੱਗਦਾ, ਹਰ ਕੋਈ ਝੂਠਾ। ਇੱਕ ਤੇ ਉਹ ਬੰਦੇ 'ਤੇ ਗੁੱਸਾ ਆਉਣਾ ਜਿਹਨੇ ਕਿਹਾ ਸੀ ਵੀ ਯਾਰ ਮੇਰਾ ਰੂਪ ਇੰਨਾ ਸੋਹਣਾ, ਮੈਨੂੰ ਲੋਕ ਸੋਹਣਾ ਹੀ ਮਾੜਾ ਕਹਿੰਦੇ ਆ, ਦੋਨੇ ਸਿੱਖ ਆਖਣ ਲੱਗੇ, ਕਹਿੰਦੇ ਮਹਾਰਾਜ ਸਾਡਾ ਰੂਪ ਹੈ ਖੱਤਰੀ, ਆਹ ਸਾਡੇ ਨਾਮ ਨੇ, ਆਹ ਸਾਡੀ ਉਮਰ ਹੈ। ਗੁਰੂ ਸਾਹਿਬ ਕਹਿੰਦੇ ਨਹੀਂ, ਇਹੀ ਤੁਹਾਡਾ ਪਰਮਖ ਸਤਨਾਮ, ਤੁਸੀਂ ਭਰਮ ਚ ਜੀ ਰਹੇ ਹੋ, ਅਸੀਂ ਵੀ ਜੀ ਰਹੇ, ਸਾਨੂੰ ਵੀ ਲੱਗਦਾ ਵੀ ਸਾਡਾ ਸਰੀਰ ਸੋਹਣਾ ਹੈ, ਅਸੀਂ ਚੁਸਤ ਫੁਰਤਾਂ ਸਦਾ ਰਹਾਂਗੇ, ਨਹੀਂ ਨਹੀਂ ਸਦਾ ਕੁਛ ਵੀ ਨਹੀਂ ਕੀਤਾ। ਗੁਰੂ ਸਾਹਿਬ ਆਖਣ ਲੱਗੇ, ਕਹਿੰਦੇ ਫਿਰ ਹੁਣ ਇਸ ਸਰੂਪ ਨਾਲ ਜੁੜੇ ਹੋਏ ਰਿਸ਼ਤੇ ਕਿੱਦਾਂ ਦੇ ਲੱਗਦੇ ਆ? ਕਹਿੰਦੇ ਮਹਾਰਾਜ ਚੰਗੇ ਲੱਗਦੇ, ਮਾਂ ਵੀ ਚੰਗੀ ਲੱਗਦੀ, ਪਿਓ ਵੀ ਚੰਗਾ ਲੱਗਦਾ, ਘਰਵਾਲੀ ਵੀ ਚੰਗੀ ਲੱਗਦੀ ਹੈ, ਇਹ ਸਰੀਰ ਤੋਂ ਉਤਪੰਨ ਹੋਏ ਧੀ ਪੁੱਤ ਵੀ ਚੰਗੇ ਲੱਗਦੇ ਆ, ਕਿਉਂਕਿ ਮਨੁੱਖ ਨੇ ਆਪਣੇ ਸਰੀਰ ਨੂੰ ਆਪਣਾ ਰੂਪ ਜਾਣ ਲਿਆ, ਹੁਣ ਇਸ ਰੂਪ ਨਾਲ ਜੁੜੇ ਹੋਏ ਕਿੰਨੇ ਰਿਸ਼ਤੇ ਨੇ ਉਹ ਖਾਸ ਲੱਗਦੇ ਨੇ। ਤਬ ਸ੍ਰੀ ਸਤਿਗੁਰ ਵਾਕ ਉਚਾਰਾਂ, ਮਾਤ ਪਿਤਾ ਨੇ ਇਹੋ ਤਨ ਧਾਰਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਿੱਖੋ ਆਹੀ ਤੁਹਾਡਾ ਭਰਮ ਹੈ ਵੀ ਆ ਸਰੀਰ ਸਾਡਾ ਰੂਪ ਹੈ। ਮਰਦ ਕਹਿੰਦੇ ਸਰੀਰ ਨਾਲ ਜੁੜੇ ਹੋਏ ਰਿਸ਼ਤੇ ਤੁਹਾਨੂੰ ਆਪਣੇ ਲੱਗਦੇ, ਜਿਹਦੇ ਨਾਲ ਸਾਡਾ ਖੂਨ ਦਾ ਰਿਸ਼ਤਾ ਨਹੀਂ ਉਹ ਸਾਨੂੰ ਕਦੇ ਆਪਣਾ ਹੀ ਨਹੀਂ ਲੱਗਦਾ। ਬੰਦਾ ਕਹਿੰਦਾ ਨਾ ਮੇਰੇ ਬੱਚੇ ਮੇਰਾ ਖੂਨ, ਮਾਫ਼ ਕਰਿਓ, ਘਰ ਵਾਲੀ ਨਾਲ ਦੱਸ ਕਿਹੜਾ ਤੇਰਾ ਖੂਨ ਦਾ ਰਿਸ਼ਤਾ, ਜਿਹਦੇ ਨਾਲ ਸਾਰੀਆਂ ਗੱਲਾਂ ਬਹਿ ਕੇ ਕਰ ਲੈਂਦਾ, ਦੁਨੀਆਂ ਦੀਆਂ ਬੱਚਿਆਂ ਦੀਆਂ ਬੁਰਾਈਆਂ ਵੀ ਕਰ ਲੈਂਦਾ ਏ। ਕਦੇ ਸੋਚਿਆ ਵੀ ਪਤਨੀ ਨਾਲ ਬਲੱਡ ਰਿਲੇਸ਼ਨ ਕੀ ਹੈ? ਤੇਰਾ ਪ੍ਰੇਮ ਦਾ ਰਿਸ਼ਤਾ, ਇੱਕ ਬੰਧਨ ਦਾ ਰਿਸ਼ਤਾ ਹੈ,
ਬੱਚਿਆਂ ਨਾਲ ਤੇਰਾ ਖੂਨ ਦਾ ਰਿਸ਼ਤਾ ਹੋ ਸਕਦਾ, ਘਰ ਵਾਲੀ ਨਾਲ ਕਿੱਥੋਂ ਬਣਾ ਲਈ? ਖੂਨ ਦਾ ਰਿਸ਼ਤਾ ਤੇਰੀ ਭੈਣ ਹੈ, ਖੂਨ ਦਾ ਰਿਸ਼ਤਾ ਤੇਰਾ ਭਰਾ ਹੈ, ਤੇਰੇ ਮਾਂ ਬਾਪ ਹਨ, ਪਤਨੀ ਤੇਰਾ ਖੂਨ ਦਾ ਰਿਸ਼ਤਾ ਨਹੀਂ ਹੈ। ਗੁਰੂ ਸਾਹਿਬ ਨੇ ਸਾਰੇ ਬਚਨ ਸਮਝਾਏ। ਮਰਦ ਕਹਿੰਦੇ ਤੈਨੂੰ ਲੱਗਦਾ ਵੀ ਮੇਰੇ ਨਾਲ ਜੁੜਿਆ ਹਰ ਰਿਸ਼ਤਾ ਮੇਰਾ ਰੂਪ ਹੈ, ਮੈਨੂੰ ਖੁਸ਼ ਰੱਖ ਸਕਦੇ ਆ? ਕਹਿੰਦੇ ਨਹੀਂ, ਜਦ ਤੇਰਾ ਆਪਣਾ ਰੂਪ ਹੀ ਅਸਲੀ ਨਹੀਂ ਤੇ ਇਹਦੇ ਨਾਲ ਜੁੜੇ ਸਾਰੇ ਰਿਸ਼ਤੇ ਨਕਲੀ ਨੇ। ਚਿੰਤਾ ਚ ਪੈ ਗਏ। ਸਤਿਗੁਰੂ ਕਹਿੰਦੇ ਇਹ ਭਰਮ ਦਾ ਜਾਲ ਬਣਾਇਆ, ਮੇਰਾ ਪਰਿਵਾਰ, ਮੇਰਾ ਸਰੀਰ, ਮੇਰੇ ਰਿਸ਼ਤੇਦਾਰ, ਮੇਰੇ ਸਾਥ ਸੰਬੰਧੀ। ਸਤਿਗੁਰੂ ਕਹਿੰਦੇ ਅਸਲ ਵਿੱਚ ਜਿਨ੍ਹਾਂ ਨੂੰ ਮੇਰਾ ਬਣਾਈ ਫਿਰਦਾ ਉਹ ਚ ਤੇਰਾ ਕੋਈ ਨਹੀਂ। ਜੇ ਪਰਿਵਾਰ ਤੇਰਾ ਹੁੰਦਾ, ਤੇਰੀ ਮਰਜ਼ੀ ਤੋਂ ਬਿਨਾਂ ਕੋਈ ਮਰਦਾ ਨਹੀਂ ਹੁੰਦਾ। ਜੇ ਸਰੀਰ ਤੇਰਾ ਰੂਪ ਹੁੰਦਾ, ਤੇਰੀ ਮਰਜ਼ੀ ਤੋਂ ਬਿਨਾਂ ਕਦੇ ਬਿਮਾਰ ਨਾ ਹੁੰਦਾ। ਕੋਈ ਚਾਹੁੰਦਾ ਮੈਂ ਬਿਮਾਰ ਹੋਵਾਂ? ਚਾਹੁੰਦਾ ਕੋਈ ਹਸਪਤਾਲ ਜਾਣ? ਬੇਵੱਸ ਹੈ, ਕਹਿੰਦਾ ਯਾਰ ਹੁਣ ਸਰੀਰ ਤੰਗ ਨਹੀਂ ਕਰਦਾ, ਬੁਢਾਪੇ ਚੱਕ ਕੇ ਬੰਦੇ ਦਾ ਜੀ ਕਰਦਾ, ਮੈਂ ਭੱਜਾਂ, ਮੈਂ ਤੁਰਾ ਫੇਰਾਂ। ਉਹ ਕਹਿੰਦਾ ਨਹੀਂ ਯਾਰ, ਜੀ ਤੇ ਮੇਰਾ ਕਰਦਾ ਜਾਣੂ, ਪਰ ਸਰੀਰ ਸਾਥ ਨਹੀਂ ਦਿੰਦਾ। ਨਾਲੇ ਕਹਿੰਦੇ ਰੂਪ ਹੈ ਮੇਰਾ। ਗੁਰੂ ਰਾਮਦਾਸ ਮਰਦ ਕਹਿੰਦੇ ਇਹ ਸਰੀਰ ਤੁਹਾਡਾ ਰੂਪ ਨਹੀਂ, ਜਿਹਨੂੰ ਰੂਪ ਮੰਨੀ ਫਿਰਦੇ ਹੋ। ਚਾਤਰੋ ਨਾਮ ਤਿੰਨੂ ਕਲ ਪਾਏ, ਨਿਜ ਮਤ ਕੈ ਵਿਵਹਾਰ ਬਤਾਏ। ਸਤਿਗੁਰੂ ਕਹਿੰਦੇ ਇੱਕ ਰੂਪ ਨਹੀਂ ਬਣਾਈ ਫਿਰਦੇ, ਪਹਿਲਾਂ ਜਾਤ ਨੂੰ ਆਪਣਾ ਰੂਪ ਬਣਾ ਲਿਆ, ਫਿਰ ਸਰੀਰ ਨੂੰ ਆਪਣਾ ਰੂਪ ਬਣਾ ਲਿਆ, ਫਿਰ ਨਾਮ ਨੂੰ ਆਪਣਾ ਰੂਪ ਬਣਾ ਲਿਆ। ਹੁਣ ਕੋਈ ਮੇਰਾ ਨਾਂ ਲੈ ਕੇ ਮੈਨੂੰ ਆਵਾਜ਼ ਮਾਰੇ ਰਜਿੰਦਰ ਸਿੰਘ, ਮੇਰੇ ਕੰਨ ਖੜੇ ਹੋਤੇ ਕੋਈ ਹੈ ਨੀ ਕਿਸੇ ਨਾਮ ਮੰਨ ਲੈ ਨਾ। ਸਤਿਗੁਰੂ ਕਹਿੰਦੇ ਤੇਰਾ ਰੂਪ ਨਹੀਂ ਹੈ, ਇਹ ਤੇਰਾ ਭਰਮ ਹੈ। ਵੇਖੋ ਸਰੀਰ ਜਨਮ ਦਿੱਤਾ ਗਿਆ ਹੈ, ਨਾਮ ਸਾਡਾ ਦੇ ਪਾਸਪੋਰਟ ਤੇ ਲਿਖਿਆ ਹੁੰਦਾ ਗਿਵਨ ਨੇਮ, ਵੀ ਦਿੱਤਾ ਗਿਆ ਨਾਮ। ਹੁਣ ਉੱਥੇ ਸਮਝ ਆਉਣਾ ਚਾਹੀਦਾ ਵੀ ਸਾਡਾ ਨਾਮ ਆਪਣਾ ਨਹੀਂ। ਹੁਣ ਵੇਖੋ ਸਭ ਦੇ ਨਾਮ ਚੇਂਜ ਹੁੰਦੇ ਆ, ਮੇਰਾ ਵੀ ਹੋਇਆ। ਅੱਜ ਤੋਂ 15-16 ਸਾਲ ਪਹਿਲਾਂ ਮੇਰਾ ਨਾਮ ਹੋਰ ਸੀ, ਮੈਂ ਉਸੇ ਨਾਮ ਨੂੰ ਆਪਣਾ ਰੂਪ ਮੰਨਦਾ ਸੀ, ਅੱਜ ਮੇਰਾ ਨਾਮ ਇਹ ਹੈ। ਇੱਕ ਭਰਮ ਵਾਲੇ ਫਿਰਦੇ ਆ ਨਾ ਵੀ ਮੇਰਾ ਨਾਮ ਮੇਰਾ ਰੂਪ ਹੈ। ਨਾਮ ਲੋਕੀ ਅਖਬਾਰਾਂ ਚ ਬਦਲ ਲੈਂਦੇ ਆ, ਭੇਸ ਬਦਲ ਲੈਂਦੇ। ਸਤਿਗੁਰੂ ਕਹਿੰਦੇ ਨਾਮ ਤੇਰਾ ਰੂਪ ਨਹੀਂ, ਮਾਂ ਬਾਪ ਤੇਰਾ ਰੂਪ ਨਹੀਂ, ਪਰਿਵਾਰ ਤੇਰਾ ਰੂਪ ਨਹੀਂ, ਆ ਸਰੀਰ ਮਿੱਟੀ ਦੀ ਲੋਕ ਜਿਹਨੂੰ ਚੱਕੀ ਫਿਰਦਾ ਹੈ, ਇਹ ਵੀ ਤੇਰਾ ਆਪਣਾ ਰੂਪ ਨਹੀਂ। ਤੁਮ ਤੋ ਇਸ ਤਨ ਪੂਰ ਬਹੁਤੋ ਕਰੇ ਕਰਮ ਫਲ ਤਿਸਕੇ ਲਿਤੇ। ਸਤਿਗੁਰੂ ਕਹਿੰਦੇ, ਗੁਰੂ ਰਾਮਦਾਸ ਮਨ ਕਹਿੰਦੇ ਆ ਸਰੀਰ ਜਦੋਂ ਤੁਹਾਡਾ ਬਚਪਨ ਵਿੱਚ ਸੀ, ਕਹਿੰਦੇ ਹਾਂਜੀ ਮਰਦ ਕਹਿੰਦੇ ਉਦੋਂ ਵੀ ਸੀ ਤੁਸੀਂ, ਅੱਜ ਵੀ ਹੋ। ਜਿੱਦਣ ਇਹ ਸਰੀਰ ਮਿਟ ਜਾਏਗਾ ਸਿੱਖੋ ਤੁਸੀਂ ਉਦੋਂ ਵੀ ਹੋਵੋਗੇ। ਹੈਰਾਨ ਬੜੇ ਆ। ਮਰਦ ਕਹਿੰਦੇ ਜਦੋਂ ਦੁਨੀਆਂ ਤੇ ਸਤਯੁਗ ਚੱਲਦਾ ਸੀ, ਦੁਆਪਰ ਚੱਲਦਾ ਸੀ, ਮਹਾਚੰਦ ਵਿਹਰੀ ਚੰਦ ਤੇਰਾ ਰੂਪ ਉਦੋਂ ਵੀ ਸੀ, ਸਤਨਾਮ ਜਦ ਦੁਨੀਆਂ ਨਹੀਂ ਸੀ ਬਣੀ ਉਦੋਂ ਵੀ ਸੀ। ਹੁਣ ਆਪਾਂ ਜਿੰਨੇ ਬੈਠੇ ਆ ਆਪਾਂ ਮਰਨ ਵਾਲੇ ਥੋੜੀ ਆ ਜੀ, ਤੁਹਾਨੂੰ ਲੱਗਦਾ ਉਦੋਂ ਸੀ ਮਰ ਗਏ, ਆਪਾਂ ਨਹੀਂ ਮਰੇ। ਸਤਯੁਗ ਵਿੱਚ ਵੀ ਸੀ ਆਪਾਂ, ਦੁਆਪਰ ਵਿੱਚ ਵੀ ਸੀ, ਅੱਜ ਵੀ ਆ, ਕੱਲ ਵੀ ਹੋਵਾਂਗੇ, ਸਦਾ ਹੋਵਾਂਗੇ। ਉਹ ਸਾਡਾ ਨਿੱਜ ਰੂਪ ਹੈ, ਮਰਦਾ ਤੇ ਸਾਡਾ ਸਰੀਰ ਹੈ, ਰੂਹ ਨਹੀਂ ਮਰਦੀ ਕਦੇ, ਆਤਮਾ ਨਹੀਂ ਮਰਦੀ। ਸਤਿਗੁਰੂ ਕਹਿੰਦੇ ਤੁਸੀਂ ਪਹਿਲਾਂ ਵੀ ਸੀ ਅੱਜ ਵੀ ਆ, ਸਿਰਫ ਇਹ ਸਰੀਰ ਤੁਹਾਨੂੰ ਕਰਮ ਭੁਗਤਣ ਵਾਸਤੇ ਮਿਲਿਆ। ਇਹ ਕਰਮ ਜੋਨੀ ਹੈ, ਜਿਹੜੀਆਂ ਦੂਜੀਆਂ ਜੂਨਾਂ ਉਹ ਕਿਹੜੀਆਂ? ਉਹ ਭੋਗ ਜੂਨੀ ਹੈ, ਹੈ ਵੀ ਜੂਨੀ। ਜੂਨੀ ਸ਼ਬਦ ਲਾ ਕੇ ਨਾ ਵੀ ਮਨੁੱਖਾ ਜੂਨ ਜੂਨ ਹੈ, ਆ ਪਸ਼ੂਆਂ ਦੀ ਜੂਨ, ਆ ਪੰਛੀਆਂ ਦੀ ਜੂਨ। ਜਦ ਜੂਨ ਸ਼ਬਦ ਨਾਲ ਲੱਗ ਗਿਆ
ਇੱਕ ਕਰਮ ਜੂਨ ਹੋ ਗਈ ਜਿਹੜੇ ਕੀਤੇ ਕਰਮਾਂ ਨੂੰ ਜਾ ਕੇ ਇੱਥੇ ਕਰ ਕਰਕੇ ਅੱਗੇ ਫਿਰ ਭੋਗ ਨੂੰ ਵਿੱਚ ਭੋਗੀ ਜਾਂਦਾ। ਸਤਿਗੁਰੂ ਕਹਿੰਦੇ ਜੂਨਾਂ ਸੱਚੀਆਂ ਨਹੀਂ ਹਨ, ਇਹ ਵਰਤਾਰੇ ਕੇ ਵਰਤਦੇ ਰਹਿੰਦੇ ਨੇ, ਅੱਜ ਤੂੰ ਮਨੁੱਖ ਹੈ ਕੱਲ ਰਾਖੀ ਹੋ ਸਕਦਾ, ਹੋ ਸਕਦਾ ਕੋਈ ਵੱਡੀ ਗੱਲ ਨਹੀਂ, ਕੱਲ ਕੋਈ ਮੱਛਲੀ ਬਣ ਸਕਦਾ, ਕੋਈ ਸੱਪ ਬਣ ਸਕਦਾ, ਕੋਈ ਗਧਾ ਬਣ ਸਕਦਾ, ਫਿਰ ਤੂੰ ਕਹੇਗਾ ਵੀ ਗਧਾ ਮੇਰਾ ਰੂਪ ਹੈ ਨਹੀਂ, ਪਰ ਮੰਨੇਗਾ ਉਸ ਰੂਪ ਦੇ ਵਿੱਚ, ਤੂੰ ਪਿਆਰ ਕਰੇਗਾ ਉਸ ਰੂਪ ਨੂੰ। ਸਾਹਿਬ ਕਹਿੰਦੇ ਸਰੀਰ ਤੁਹਾਡਾ ਰੂਪ ਨਹੀਂ, ਨਾਮ ਤੁਹਾਡਾ ਰੂਪ ਨਹੀਂ, ਆ ਜਿੰਨੇ ਨਾਮ ਨੇ ਬੰਦੇ ਦੇ ਸਰੀਰ ਦੇ ਹੁੰਦੇ, ਜਦ ਜਦੋਂ ਬੰਦਾ ਜੰਮਦਾ ਇਹਦਾ ਬਰਥ ਸਰਟੀਫਿਕੇਟ ਬਣਦਾ, ਇਹ ਦੁਨੀਆ ਤੇ ਐਂਟਰੀ ਮਾਰ ਗਿਆ ਜਿਉਂਦਾ ਫਿਰਦਾ, ਤੇ ਜਦ ਮਰ ਜਾਂਦਾ ਡੈਥ ਸਰਟੀਫਿਕੇਟ ਕਲੋਜ਼ ਆਫ ਕਿਨ, ਵੀ ਹੁਣ ਇਹ ਬੰਦਾ ਇਸ ਧਰਤੀ ਤੇ ਹੈ ਨਹੀਂ, ਕੋਈ ਇਹਦੇ ਨਾਂ ਤੇ ਕੁਛ ਨਾ ਲੱਭਿਆ। ਤੁਸੀਂ ਵੇਖ ਰਹੇ ਹੋ ਪੰਜਾਬ ਸਰਕਾਰ ਦਾ ਵੀ ਬਿਆਨ ਜਦ ਪਿੱਛੇ ਆਇਆ, ਕਹਿੰਦੇ 1,00,000 ਬੰਦਾ ਇਹੋ ਜਿਹਾ ਜਿਹੜੇ 3 ਸਾਲ ਤੋਂ ਮਰੇ ਹੋਏ ਆ, ਜੇ ਵੀ ਪੈਨਸ਼ਨਾਂ ਲਈ ਜਾਂਦੇ ਆ, ਕਲੋਜ਼ ਨਹੀਂ ਹੋਏਗੀ, ਲਿਖਾਏ ਵੀ ਕਿਸੇ ਨੇ ਉਮਰ ਹੁੰਦੀ, ਦੁਨੀਆਂ ਤੇ ਤੇਰੇ ਸਰੀਰ ਦਾ ਨਾਮ ਹੈ, ਸਰੀਰ ਮਰ ਜਾਣਾ ਹੈ, ਖੁਦ ਮੁੱਕ ਜਾਣੀ ਹੈ। ਤੁਹਾਡੇ ਚ ਕੋਈ ਐਸਾ ਬੰਦਾ ਹੈ ਜਿਹਨੂੰ ਆਪਣੇ ਤੋਂ ਪਹਿਲਾਂ 22 ਪੁਸ਼ਤਾਂ ਦੇ ਨਾਮ ਯਾਦ ਹੋਣ ਵੀ ਸਾਡੇ ਦਾਦੇ ਦਾ ਦਾਦਾ ਕੌਣ ਸੀ ਤੇ ਉਹ ਪੜਦਾਦੇ ਦਾ ਦਾਦਾ ਕੌਣ ਸੀ, ਕਿਸੇ ਨੂੰ ਕੁਛ ਯਾਦ ਕੌਣ ਜਾਣਦਾ, ਤੇ ਉਹਨਾਂ ਬੰਦਿਆਂ ਨੂੰ ਕਦੇ ਵੇਖੋ ਸਮੇਂ ਚ ਜਾ ਕੇ ਉਹ ਆਪਣੇ ਆਪ ਨੂੰ ਫਤਿਹ ਖਾਂ ਮੰਨਦੇ ਹੋਣੇ, ਵੀ ਪਿੰਡ ਦੇ ਅਸੀਂ ਚੌਧਰੀਆਂ ਦੀ ਸਾਡੇ ਪਿੰਡ ਚ ਬੜੀ ਠਾਠ ਬਾਠ, ਉਹਨਾਂ ਵੀ ਜੀਵਨ ਕੱਢਿਆ ਹੋਣਾ, ਅੱਜ ਤੁਸੀਂ ਉਹਨਾਂ ਦੇ ਪੁੱਤ ਪੋਤੇ ਪੜਪੋਤੇ, ਤੁਸੀਂ ਜਾਣਦੇ ਹੋ ਕੌਣ ਸੀ, ਕਦੇ ਮਿਲੇ ਉਹਨਾਂ ਨੂੰ, ਦੇਖਿਆ ਉਹ, ਕਿਉਂਕਿ ਸਾਡੇ ਦਾਦਿਆਂ ਦੇ ਸਾਥੀ ਵੀ ਜੱਗ ਤੋਂ ਤੁਰ ਗਏ ਤੇ ਜਿਹੜੇ ਰਹਿ ਗਏ ਉਹਨਾਂ ਵੀ ਤੁਰ ਜਾਣਾ, ਪੋਤਿਆਂ ਨੂੰ ਕੀ ਜਾਣਦੇ ਆ, ਜਿਸ ਧਰਮ ਚ ਅਸੀਂ ਤੁਰੇ ਫਿਰਦੇ ਆ ਸਾਡੇ ਸਾਥੀ ਤੁਰ ਜਾਣਗੇ, ਹੁਣ ਵੀ ਇੱਥੇ ਔਲਾਦਾਂ ਜਾਣਦੀਆਂ ਸੀ, ਕਿਸੇ ਨੂੰ ਦਾਦੇ ਦਾ ਨਾਮ ਪੁੱਛ ਲਓ ਨਹੀਂ ਪਤਾ ਹੁੰਦਾ, ਪੜਦਾਦੇ ਦਾ ਪੁੱਛ ਲਓ ਨਹੀਂ ਪਤਾ ਹੁੰਦਾ। ਸਤਿਗੁਰੂ ਕਹਿੰਦੇ ਸਰੀਰਾਂ ਦੇ ਨਾਮ ਨੇ, ਸਰੀਰਾਂ ਦਾ ਆਉਣਾ ਜਾਣਾ ਜੱਗ ਤੇ ਲੱਗਾ ਰਹਿੰਦਾ ਹੈ, ਇਹ ਤੁਹਾਡਾ ਰੂਪ ਨਹੀਂ ਹੈ, ਤੁਹਾਡਾ ਰੂਪ ਨਿਰੰਕਾਰ ਦਾ ਰੂਪ ਹੈ। ਜੇ ਤੁਸੀਂ ਮੰਨੇ ਅਸੀਂ ਆਪਣੇ ਨਿਜ ਰੂਪ ਨੂੰ ਕਦੇ ਵੀ ਨਹੀਂ ਮੰਨਿਆ, ਅਸੀਂ ਆ ਸਰੀਰ ਨੂੰ ਆਪਣਾ ਰੂਪ ਮੰਨੀ ਫਿਰਦੇ ਆ, ਇਸੇ ਦਾ ਮਾਣ ਕਰਦੇ ਆ। ਭਲਾ ਬੁਰਾ ਜਿਮ ਪੂਰਨ ਕੀਨ, ਜਿਸ ਤੇ ਦੁੱਖ ਸੁੱਖ ਭੋਗਨ ਕੀਨ। ਰਾਮਦਾਸ ਮਰਦ ਨੇ ਬੜੇ ਗੰਭੀਰ ਬਚਨ ਆਖੇ, ਕਹਿੰਦੇ ਤੂੰ ਜੋ ਪੂਰਵਲੇ ਕਰਮਾਂ ਦੇ ਵਿੱਚ ਭਲੇ ਬੁਰੇ ਕੀਤੇ ਇਸ ਸਰੀਰ ਵਿੱਚ ਭੋਗਦੀ ਜਾਂਦਾ। ਕਈ ਵਾਰ ਬੰਦੇ ਦੇ ਤਨ ਤੇ ਰੋਗ ਆਇਆ ਹੁੰਦਾ, ਸੋਚਦਾ ਮੈਂ ਕਿਸੇ ਦਾ ਬੁਰਾ ਨਹੀਂ ਕੀਤਾ, ਮੈਂ ਚੰਗਾ ਮਾੜਾ ਖਾਂਦਾ ਦੁਨੀਆਂ ਕਿਉਂ ਹੋਈ ਜਾਂਦਾ। ਬੜੇ ਲੋਕ ਤੁਹਾਡੇ ਚ ਬੈਠੇ ਹੋਣਗੇ, ਉਹ ਕਹਿੰਦੇ ਯਾਰ ਮੈਂ ਕਦੇ ਇੱਕ ਚਮਚਾ ਖੰਡ ਨਹੀਂ ਖਾਧੀ, ਸ਼ੂਗਰ ਨਹੀਂ ਖਾਧੀ, ਪਰ ਮੇਰੀ 300 ਤੋਂ ਥੱਲੇ ਨਹੀਂ ਆਉਂਦੀ, ਵੀ ਇਹ ਰੋਗ ਕਿੱਥੋਂ ਲੱਗ ਗਿਆ। ਕਿਸੇ ਨੂੰ ਪੁੱਛੋ ਬੀਪੀ, ਉਹ ਕਹਿੰਦਾ ਮੇਰਾ ਕਦੇ ਕੋਲੈਸਟ੍ਰੋਲ ਹਾਈ ਨਹੀਂ ਹੋਇਆ, ਬੀਪੀ ਮੇਰਾ ਕਲੀਅਰ ਹਾਈ ਹੈ, ਕਿਉਂ ਹੋ ਰਿਹਾ, ਕੀ ਕਾਰਨ ਹੈ। ਬੜੇ ਰੋਗ ਐਸੇ ਨੇ, ਬੜੇ ਦੁੱਖ ਐਸੇ ਨੇ, ਬੜੇ ਦਰਦ ਐਸੇ ਨੇ, ਮਨੁੱਖ ਬਹਿ ਕੇ ਸੋਚਦਾ ਵੀ ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਸਾਡਾ ਕੋਈ ਕੰਮ ਚੰਗਾ ਹੋਇਆ ਹੀ। ਮਰਦ ਕਹਿੰਦੇ ਨੇ ਤੇਰੇ ਪੂਰਵਲੇ ਕਰਮਾਂ ਦੇ ਨਾਲ ਕੀਤੇ ਹੋਏ ਸੰਜੋਗ ਕਰਮ ਨੇ, ਨਾ ਚਾਹੁੰਦਿਆਂ ਵੀ ਇਸ ਕਰਮ ਜੂਨੀ ਵਿੱਚ ਕਰਮ ਭੂਮੀ ਤੇ ਤੈਨੂੰ ਭੋਗਦੇ ਹੀ ਪੈਣੇ। ਜਿਵੇਂ ਪਿੱਛੇ ਜੇ ਆਪ ਜੀ ਨੇ ਸੁਣੀ ਕਥਾ ਵੀ ਉਹ ਸਾਧੂ ਦੀ ਬਾਂਹ ਵੱਢੀ ਗਈ ਇਸ ਜਨਮ ਚ, ਕਿਉਂ ਵੱਢੀ ਗਈ, ਪਿਛਲੇ ਜਨਮ ਇਸ਼ਾਰਾ ਕੀਤਾ ਤਾਂ ਨਿਕਲ ਨੂੰ ਵੀ ਪਰ ਭੁੱਲ ਗਿਆ, ਨਾ ਭੁੱਲਦਾ, ਕਿਉਂ ਭੁੱਲਿਆ, ਕਿਉਂਕਿ ਮਨੁੱਖਾ ਸਰੀਰ ਵਿੱਚ ਆ ਕੇ ਆਤਮਕ ਰੂਪ ਨੂੰ ਭੁੱਲ ਕੇ ਉਹਨੇ ਇਸ ਰੂਪ ਨੂੰ ਅਪਣਾ ਲਿਆ। ਭਗਤੀ ਕਿਉਂ ਕਰਦੇ ਆ, ਬੰਦਗੀ ਕਿਉਂ ਕਰਨੀ ਚਾਹੀਦੀ ਹੈ, ਕਿਉਂਕਿ ਆਪਣੇ ਅਸਲ ਰੂਪ ਨੂੰ ਜਾਣਨ ਵਾਸਤੇ ਵੀ ਮੈਂ ਕੌਣ ਆ, ਮੈਂ ਕਿੱਥੋਂ ਆਇਆ, ਮੇਰੇ ਮਨੁੱਖਾ ਜਨਮ ਦਾ ਮਕਸਦ ਕੀ ਹੈ, ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਸਾਡੇ ਜਾਣ ਦਾ ਮਕਸਦ ਕੀ, ਚੱਲੀ ਜਾਂਦਾ ਕੰਮ, ਪੁੱਛੋ ਕਾਹਦੇ ਲਈ,
ਕਹਿੰਦਾ ਬਸ ਸਭ ਪਤਾ ਨਜ਼ਾਰੇ ਲੈਣ ਆਇਆ ਦੁਨੀਆਂ ਤੇ ਜੋ ਮਿਲ ਗਿਆ ਆਹ ਵੀ ਦੇਖਣਾ ਉਹ ਵੀ ਵੇਖਣਾ ਵੀ ਇੰਨਾ ਕੁਛ ਦੇਖ ਕੇ ਦੱਸਣਾ ਕਿਹਨੂੰ ਆ ਜਾਂਦੀ ਮੈਂ ਦੁਨੀਆਂ ਦੇ ਆਹ ਦੇਖੀਆਂ ਮੈਨੀਆਂ ਕੰਟਰੀਆਂ ਘੁੰਮ ਗਿਆ ਧਰਨਾ ਕਿਉਂ ਦੱਸਣਾ ਸੋਚੋ ਤਾਂ ਸਹੀ ਮੋਟਿਵ ਕੀ ਹੈ ਵੀ ਬਾਈ ਤੂੰ ਇੰਨੀ ਪੜ੍ਹਾਈ ਕਰਦਾ ਇੰਨੇ ਕੰਮ ਕਰਦਾ ਇੰਨਾ ਮਾਇਆ ਮਾਇਆ ਕਰਦਾ ਇਹਦਾ ਹਿਸਾਬ ਦੇਣਾ ਕਿਉਂ ਹੈ ਤੈਨੂੰ ਸੋਚਿਆ ਵੀ ਮੈਂ ਕਰ ਕਿਉਂ ਰਿਹਾ ਤੈਨੂੰ ਮੇਰਾ ਸ਼ੌਂਕ ਹੈ ਸ਼ੌਂਕ ਲੱਗਿਆ ਕਿਉਂ ਸ਼ੌਂਕ ਦਾ ਰਿਜ਼ਲਟ ਦੇਣਾ ਕਿਹਨੂੰ ਹੈ ਇੱਕ ਬੱਚੇ ਨੂੰ ਸ਼ੌਂਕ ਹੈ ਸਕੂਲ ਵਿੱਚ ਚੰਗੇ ਨੰਬਰ ਲੈ ਕੇ ਆਉਣ ਦਾ ਉਹਦਾ ਇੱਕ ਰਿਜ਼ਲਟ ਹੈ ਉਹ ਕਹਿੰਦਾ ਮੈਂ ਆਪਣੀ ਮੰਮੀ ਨੂੰ ਦੱਸਣਾ ਮੈਂ ਆਪਣੇ ਪਾਪਾ ਨੂੰ ਦੱਸਣਾ ਵੇਖ ਮੇਰੇ ਨੰਬਰ ਕਿੰਨੇ ਸੋਹਣੇ ਸ਼ਾਬਾਸ਼ ਇਸ ਬੰਦੇ ਨੂੰ ਇਹ ਨਹੀਂ ਪਤਾ ਮੇਰੇ ਜਿਉਣ ਦਾ ਮਕਸਦ ਕੀ ਆ ਖੁਸ਼ਾ ਦਾ ਨਾਮ ਜੀ ਕਿਉਂ ਰਹੇ ਆ ਨਹੀਂ ਪਤਾ ਰੋਟੀ ਪਾਣੀ ਖਾਣ ਲਈ ਥੋੜਾ ਜੀ ਰਹੇ ਆ ਪਰਿਵਾਰ ਪਾਲਣ ਲਈ ਥੋੜਾ ਜੀ ਰਹੇ ਆ ਉਹ ਤੇ ਜੇ ਤੂੰ ਕੁਛ ਵੀ ਨਹੀਂ ਕਰੇਗਾ ਪਰਿਵਾਰ ਨੇ ਤੇ ਫਿਰ ਵੀ ਕੋਈ ਨਾ ਕੋਈ ਗਲੀ ਜਾਣਾ ਜਿਹਨਾਂ ਦੇ ਮਾਂ ਬਾਪ ਨਹੀਂ ਹੁੰਦੇ ਉਹ ਵੀ ਪੜੀ ਜਾਂਦੇ ਉਹ ਚੱਲੀ ਜਾਣਾ ਸਾਰਾ ਕੁਛ ਕਦੇ ਇਕੱਲੇ ਬਹਿ ਕੇ ਸੋਚੋ ਵੀ ਜ਼ਿੰਦਗੀ ਮੇਰੀ ਕਾਹਦੇ ਵਾਸਤੇ ਹੈ ਆ ਜਨਮ ਮਿਲਿਆ ਜੀਵਨ ਮਿਲਿਆ ਵੀ ਇਹ ਕਦੋਂ ਆਇਆ ਕਦੋਂ ਚਲੇ ਗਿਆ ਕਦੋਂ ਬਚਪਨ ਲੰਘਿਆ ਕਦ ਜਵਾਨੀ ਲੰਘੀ ਅੱਜ ਬੁਢਾਪਾ ਤਨ ਤੇ ਆ ਗਿਆ ਮੋਟੇ ਤਾਂ ਸਮਝ ਨਹੀਂ ਆ ਰਿਹਾ ਮਕਸਦ ਨਹੀਂ ਪਤਾ ਲੱਗ ਰਿਹਾ ਏਡਾ ਸਫ਼ਰ ਕਰ ਲਿਆ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਦਾ ਪਰ ਮਨੁੱਖ ਨੂੰ ਇਹ ਨਹੀਂ ਪਤਾ ਲੱਗਿਆ ਮੇਰਾ ਰੂਪ ਕੀ ਹੈ ਇਸੇ ਨੂੰ ਮੰਨੀ ਗਿਆ ਸਰੀਰ ਮੇਰਾ ਰੂਪ ਹੈ ਮੈਂ ਫਲਾਣਾ ਕਰਮਲ ਮੈਂ ਫਲਾਣਾ ਜਰਮਲ ਮੈਂ ਆਹ ਕਰਤਾ ਮੈਂ ਉਹ ਕਰਤਾ ਇੱਥੇ ਰਹਿ ਜਾਣੇ ਤੇਰੇ ਪੁਰਸ਼ ਦਾ ਇੱਥੇ ਰਹਿ ਜਾਣੀਆਂ ਤਸਵੀਰਾਂ ਤੇਰੀਆਂ ਕਿਸ ਅਜਾਇਬ ਘਰ ਚ ਨਹੀਂ ਹੋਊਗੀ ਤੂੰ ਮਨ ਦਿੱਤੀ ਫਿਰਦਾ ਚਾਹੁੰਦਾ ਸਤਿਗੁਰਾਂ ਦੇ ਬਚਨ ਸੁਣ ਕੇ ਮਨ ਪ੍ਰਭਾਵਿਤ ਬੜਾ ਹੋਇਆ ਕਿ ਮਨਾ ਮੇਰਿਆ ਅਸੀਂ ਕਹਿੰਦੇ ਸੀ ਅਸੀਂ ਖੱਤਰੀ ਆ ਸਾਡੀ ਜਾਤ ਵੱਡੀ ਹੈ ਮਰ ਕੇ ਕਹਿੰਦੇ ਇਸ ਜਾਤ ਵਿੱਚ ਅਰਬਾਂ ਆਏ ਅਰਬਾਂ ਮਰ ਗਏ ਬੜਿਆਂ ਆ ਕੇ ਮਰ ਜਾਣਾ ਇਹ ਦੱਸ ਜਿਉਣ ਦਾ ਮਕਸਦ ਕੀ ਹੈ ਇਸ ਲਈ ਜੀ ਰਹੇ ਹਾਂ ਜੇ ਸੱਚ ਪੁੱਛੋ ਸਾਨੂੰ ਕਿਸੇ ਵੀ ਇਸ ਗੱਲ ਦਾ ਜਵਾਬ ਨਹੀਂ ਪਤਾ ਜੀ ਕਿਉਂ ਰਹੇ ਹਾਂ ਗੁਰੂ ਸਾਹਿਬ ਦੇ ਬਚਨਾਂ ਨੇ ਕਹਿੰਦੇ ਅੰਦਰ ਝੰਡੋੜ ਕੇ ਰੱਖਤਾ ਨੇਤਰਾਂ 'ਚ ਅੱਥਰੂ ਆ ਗਏ ਵੀ ਜਿਸ ਰੂਪ ਨੂੰ ਅਸੀਂ ਆਪਣਾ ਰੂਪ ਮੰਨਿਆ ਉਹ ਤੇ ਹੈ ਹੀ ਨਹੀਂ ਮਰ ਜਾ ਕਿਤੇ ਤੇਰਾ ਰੂਪ ਤੇ ਜਿਹਨੂੰ ਅਸੀਂ ਕਦੇ ਸਿਆਣੇ ਹੀ ਨਹੀਂ ਉਹ ਮਰਿਆ ਕਦੇ ਨਹੀਂ ਇਹ ਤਨ ਤਜ ਪੁੰਨ ਧਾਰੋ ਔਰ ਕਰੋ ਕਰਮ ਭੋਗੋ ਤਿਸ ਠੋਰ ਸਤਿਗੁਰੂ ਕਹਿੰਦੇ ਆਹ ਸਰੀਰ ਤੁਹਾਡਾ ਇਸ ਜਨਮ ਦੇ ਵਿੱਚ ਹੈ ਕੋਈ ਪਤਾ ਨਹੀਂ ਇਹ ਸਰੀਰ ਕਦੋਂ ਛੱਡ ਜਾਣਾ ਹੈ ਪਰ ਇਸ ਸਰੀਰ ਨਾਲ ਕੀਤੇ ਹੋਏ ਕਰਮਾਂ ਨੂੰ ਭੁਗਤਣ ਵਾਸਤੇ ਕਿਸੇ ਹੋਰ ਸਰੀਰ ਜਨਮ ਲੈਣਾ ਪੈਣਾ ਤੇ ਉਹ ਸਰੀਰ ਆਪਣਾ ਲੱਗ ਦੁਨੀਆਂ ਦਾ ਕੋਈ ਜੀਵ ਜੰਤੂ ਕਿੰਨਾ ਜ਼ਹਿਰੀ ਹੋਵੇ ਕਿੰਨਾ ਮਾੜਾ ਕਿੰਨਾ ਵੱਧ ਸੂਰਤ ਹੋਵੇ ਉਹਨੂੰ ਆਪਣਾ ਜਿਸਮ ਪਿਆਰਾ ਹੁੰਦਾ ਤੁਸੀਂ ਛੁਰਾ ਚਲਾ ਕੇ ਵੇਖੋ ਚੀਕਾਂ ਮਾਰ ਕਦੀ ਮਰਨਾ ਨਹੀਂ ਚਾਹੁੰਦਾ ਇੱਕ ਕੀੜੀ ਅੱਗੇ ਵੀ ਪੈਰ ਰੱਖੋ ਵੀ ਉਹ ਵੀ ਜਾਨ ਬਚਾਉਂਦੀ ਫਿਰਦੀ ਹੈ ਸਭ ਵੀ ਜਾਨ ਬਚਾਉਂਦਾ ਫਿਰਦਾ ਹੈ ਸਤਿਗੁਰੂ ਕਹਿੰਦੇ ਫਿਰ ਤੈਨੂੰ ਲੱਗਣਾ ਵੀ ਉਹ ਰੂਪ ਮੇਰਾ ਮੈਂ ਸੱਪ ਹਾਂ ਮੈਂ ਚੋਰ ਹਾਂ ਮੈਂ ਗਧਾ ਹਾਂ ਮੈਂ ਪਸ਼ੂ ਹਾਂ ਮੈਂ ਮੱਝ ਹਾਂ ਗਾਂ ਹਾਂ ਬੱਕਰੀ ਹਾਂ ਕਿ ਤੇਰੇ ਕੀਤੇ ਹੋਏ ਇਹਨਾਂ ਕਰਮਾਂ ਦੇ ਫਲ ਨੇ ਜੋ ਤੇਰੇ ਨਿੱਜ ਰੂਪ ਨੇ ਧਾਰਨ ਕੀਤੇ ਆ ਜੋ ਤੂੰ ਕਰੀ ਜਾਂਦਾ ਉਹਨਾਂ ਨੂੰ ਭੁਗਤਣ ਵਾਸਤੇ ਤੈਨੂੰ ਇਹ ਸਰੀਰ ਮਿਲਦੇ ਆ ਇਹਨਾਂ ਤੋਂ ਮੁਕਤ ਹੋਣ ਵਾਸਤੇ ਤੈਨੂੰ ਆਪਾਂ ਜਾਣਨਾ ਪੈਣਾ ਵੇਖੋ ਬੱਕਰਾ ਬੱਕਰੀ ਜਿੰਨੇ ਵੀ ਜੀਵ ਜੰਤੂ ਨੇ ਕੋਈ ਭਗਤੀ ਕਰ ਸਕਦਾ ਕਿਸਮਤ ਹੁੰਦੀ ਹੈ ਦੇਖੇ ਕਦੇ ਉਹ ਸਿਮਰਨ ਕਰਦੇ ਬੰਦਗੀ ਕਰਦੇ ਚੌਂਕੜਾ ਲਾ ਕੇ ਬੈਠੇ ਹੋਣ ਵੀ ਉਹਨਾਂ ਨੂੰ ਕਿਹਾ ਹੋਵੇ ਭਾਈ ਜਿੰਨੀਆਂ ਤੁਹਾਡੀਆਂ ਗਾਵਾਂ ਮੱਝਾਂ ਬੱਕਰੀਆਂ ਜੀ ਇਹਨਾਂ ਨੇ ਅੰਮ੍ਰਿਤ ਵੇਲੇ ਇਸ਼ਨਾਨ ਨਹੀਂ ਨਾ ਕੀਤਾ ਇਹਨਾਂ ਨੂੰ ਪਾਪ ਲੱਗੂਗਾ ਮੈਂ ਤੁਹਾਨੂੰ ਵੀ ਆਹ ਤੁਹਾਡੇ ਜੀਵ ਜੰਤੂ ਨੇ ਭਾਈ ਇਹਨਾਂ ਨੂੰ ਸਵੇਰੇ ਸਵੇਰੇ ਇਸ਼ਨਾਨ ਕਰਾਇਆ ਕਰੋ ਫਿਰ ਇਹਨਾਂ ਨੂੰ ਰੱਬ ਦੀ ਗੱਲ ਸੁਣਾਇਆ ਕਰੋ ਨਹੀਂ ਐਸਾ ਕੁਛ ਨਹੀਂ ਇਹ ਵਿਧਾਨ ਕਿਹਦੇ ਲਈ ਨੇ ਮਨੁੱਖ ਲਈ ਕਿਉਂ
ਕਿਉਂਕਿ ਉਹਨਾਂ ਜਨਮਾਂ ਦੇ ਵਿੱਚ ਉਹ ਕੀਤੇ ਕਰਮ ਭੁਗਤਦੇ ਆ। ਇੱਕ ਇਹ ਜਨਮ ਹੈ ਜਿਹ ਚ ਬੰਦਾ ਆਪਣੇ ਕਰਮ ਬਣਾ ਨਹੀਂ ਸਕਦਾ, ਸਤਨਾਮ ਇਸ ਲਈ ਕਰਦੇ। ਗੁਰੂ ਪਾਤਸ਼ਾਹ ਦੇ ਬਚਨਾਂ ਨੇ ਕਹਿੰਦੇ ਸਰੀਰ ਸੁਣ ਕਰਕੇ ਰੱਖ ਤਾਂ ਗੱਲ ਸਮਝ ਨਹੀਂ ਆਉਂਦੀ ਵੀ ਜਿਹਨੂੰ ਅਸੀਂ ਆਪਣਾ ਰੂਪ ਮੰਨੇ ਤੇ ਮਿਟ ਜਾਣਾ ਹੈ। ਇਹ ਤੇ ਲੋਕਾਂ ਨੇ ਇੱਕ ਥੈਲੇ ਚ ਪਾ ਕੇ ਤੇ ਕੀਰਤਪੁਰ ਸੁੱਟ ਆਉਣਾ ਕਿਸੇ ਗੱਲ ਦਾ, ਘੜੇ ਚ ਪਾ ਕੇ ਲੈ ਜਾਣਾ। ਅਰਬਾਂ ਖਰਬਾਂ ਦਾ ਹੰਕਾਰ ਕਰਨ ਵਾਲਾ ਜਿਉਂਦੇ ਜੀ ਜੀ ਦੇ ਗਰਦਨ ਚ ਕਿੱਲਾ ਅੜਿਆ ਸੀ ਵੀ ਮੈਂ ਕਰੋੜਪਤੀ, ਉਹ ਇੱਕ 50-60 ਰੁਪਏ ਦੇ ਪੂੰਜੇ ਚ ਪੜਿਆ ਹੁੰਦਾ ਹੈ, ਬੈਠਣ ਸੀ ਨਹੀਂ ਹੁੰਦਾ, ਥੈਲੇ ਚ ਪਾਇਆ ਹੁੰਦਾ, ਚਲਾ ਕਿਉਂ ਮਾਰਦੇ ਪਾਣੀ ਚ ਕਹਿੰਦੇ ਉਹ ਗਿਆ ਕਰੋੜਪਤੀ। ਪਦਿਆ ਜੀ ਤੂੰ ਆਪਣਾ ਸਰੀਰ ਮੰਨੀ ਫਿਰਦਾ, ਤੂੰ ਆਪਣਾ ਰੂਪ ਮੰਨੀ ਫਿਰਦਾ, ਉਹ ਤੇਰਾ ਰੂਪ ਹੀ ਹੈ। ਇਸੇ ਭੁਲੇਖੇ ਚ ਜਾ ਕੇ ਆਉਂਦਾ ਹੈ। ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਅੰਦਰ ਝੰਜੋੜਿਆ ਗਿਆ, ਮਹਾਰਾਜ ਅਸੀਂ ਤੇ ਸਰੀਰ ਨੂੰ ਆਪਾਂ ਮੰਨਿਆ, ਜਾਤ ਨੂੰ ਆਪਣਾ ਆਪ ਮੰਨੀ ਫਿਰੀ ਗਏ ਕਿ ਮੈਂ ਹੀ ਹਾਂ, ਮੈਂ ਮੰਨਦਾ ਨੀ ਕਿਸੇ ਦੀ, ਪਰ ਇਹ ਤੇ ਸਰੀਰ ਜੰਮਣ ਮਰਨ ਵਾਲਾ ਏ, ਤਨ ਬਿਨਸੇ ਪੁੰਨ ਰਹੋ ਪਛੇਰੇ। ਸਤਿਗੁਰੂ ਕਹਿੰਦੇ ਤਨ ਅੱਜ ਹੈ ਕੱਲ ਨਹੀਂ ਹੋਏਗਾ, ਅਗਲੇ ਜਨਮ ਚ ਹੈ ਫਿਰ ਨਹੀਂ ਹੋਏਗਾ। ਤੇਰਾ ਅਸਲ ਰੂਪ ਤੇ ਸੱਜਣਾ ਉਹ ਹੈ ਜਿਹਨੇ ਇਹ ਤਨ ਧਾਰਨ ਕੀਤੇ ਆ, ਤੇਰਾ ਰੂਪ ਤੇ ਉਸ ਜਿਹਨੂੰ ਤੇਰੇ ਪੂਰਵਲੇ ਜਨਮਾਂ ਦੀਆਂ ਗੱਲਾਂ ਵੀ ਯਾਦ ਸਾਨੂੰ ਸਾਰਿਆਂ ਨੂੰ। ਜਦ ਬੱਚਾ ਜਨਮ ਲੈਂਦਾ ਨਾ ਕੁਛ ਘੰਟਿਆਂ ਤੱਕ ਉਹਨੂੰ ਕਈ ਜਨਮਾਂ ਤੱਕ ਦੀ ਸੋਝੀ ਹੁੰਦੀ, ਪਰ ਜਦੋਂ ਮਾਂ ਸ਼ਬਦ ਮਾਂ ਕੋਲ ਬੈਠੀ ਹੈ ਮਮਤਾ ਪੈ ਜਾਂਦੀ, ਸਭ ਕੁਛ ਵਿਸਰ ਜਾਂਦਾ, ਕੁਛ ਵੀ ਯਾਦ ਨਹੀਂ। ਪਰ ਕੁਛ ਲੋਕ ਐਸੇ ਹੁੰਦੇ ਜਾਗਰ ਤੇ ਆਉਂਦੇ ਮਹਾਤਮਾ ਸਾਧੂ ਪੁਰਖ, ਉਹ ਆਪਣਾ ਵੀ ਕਰਮ ਜਾਣਦੇ, ਮੈਂ ਪਿਛਲੇ ਜਨਮ ਚ ਕਿੱਥੇ ਸੀ, ਮੈਂ ਕਿਹਦੇ ਘਰ ਜਨਮ ਲਿਆ, ਮੇਰੀ ਮੌਤ ਕਿਵੇਂ ਹੋਈ, ਮੈਂ ਫਿਰ ਕੀ ਕੀਤਾ, ਅਗਲੀ ਵਾਰ ਜਨਮ ਕਿੱਥੇ ਲੈਣਾ, ਫਲਾਣੇ ਦਾ ਜਨਮ ਕਿੱਥੇ ਹੋਇਆ, ਉਹ ਜਾਣਦੇ ਨੇ। ਕਿਉਂਕਿ ਇਹੀ ਜਾਣਨ ਵਾਸਤੇ, ਆਪਣਾ ਨਿੱਜ ਜਾਣਨ ਵਾਸਤੇ ਭਗਤੀ ਕਰਨੀ ਹੈ। ਹੁਣ ਦੁਨੀਆਂ ਇਸ ਪਾਸੇ ਥੋੜਾ ਲੱਗੀ ਹੈ, ਜਿਹਨੂੰ ਮਰਜ਼ੀ ਪੁੱਛੋ, ਕੋਈ ਲੱਤਾਂ ਤਾਂ ਕਰਕੇ ਜੂਗਾ ਕਰੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਇਹ ਕੀ ਹੈ, ਇਹ ਭੇਡ ਚਾਲਣਾ ਚਾਹੁੰਦੀ, ਇਹ ਚ ਰੱਬ ਨਹੀਂ ਹੈ, ਇਹ ਚ ਸ਼ਾਂਤੀ ਨਹੀਂ ਹੈਗੀ, ਇਹ ਤੇ ਪੁੱਤ ਕਲੇਸ਼ ਹੈ, ਤੁਸੀਂ ਉਹਨਾਂ ਦੇ ਛਿੱਤਰ ਮਾਰੀ ਜੋ ਤੁਹਾਡੇ ਮਾਰੀ ਜਾਣਗੇ। ਪਰ ਨਾਮ ਜਪਣ ਵਾਲਾ ਬੰਦਾ ਉਹ ਕਹਿੰਦਾ ਜਦੋਂ ਸਰੀਰ ਹੀ ਸੱਚਾ ਹੈ ਨਹੀਂ, ਇਹਦੇ ਨਾਲ ਜੁੜੇ ਹੋਏ ਕਰਮਾਂ ਦੀ ਪੂਜਾ ਕਿਉਂ। ਇਹੀ ਕਾਰਨ ਹੈ ਗੁਰੂ ਸਾਹਿਬਾਂ ਨੇ ਕਦੇ ਆਪਣੇ ਆਪ ਸਰੀਰ ਨੂੰ ਗੁਰੂ ਦੀ ਕਰਾਇਆ, ਕਦੇ ਸਰੀਰ ਦੀ ਪੂਜਾ ਨਹੀਂ ਕਰਾਈ। ਉਹ ਕਹਿੰਦੇ ਸਭ ਦੇ ਇੱਕੋ ਜਿਹੇ ਆ, ਸਰੀਰ ਮਿੱਟੀ ਤੋਂ ਬਣਿਆ, ਚਾਹੇ ਪੀਰ ਦਾ ਹੋਵੇ ਚਾਹੇ ਫਕੀਰ ਦਾ ਹੋਵੇ। ਸਾਹਿਬ ਕਹਿੰਦੇ ਉਹ ਤੁਹਾਡਾ ਨਿੱਜ ਰੂਪ ਆ ਨਾ ਜਿਹੜਾ, ਉਹਨੂੰ ਸਾਰੇ ਜਨਮ ਜਾਤ ਨੇ, ਹਿਸਾਬ ਉਹਦੇ ਨਾਲ ਹੁੰਦਾ, ਸਰੀਰ ਨਾਲ ਨਹੀਂ ਹੁੰਦਾ, ਤੁਹਾਡੇ ਨਿੱਜ ਨਾਲ ਹੁੰਦਾ। ਫਿਰ ਤੁਸੀਂ ਕਹੋਗੇ ਆਤਮਾ ਤੇ ਪਰਮਾਤਮਾ ਹੈ ਜੀ, ਆਤਮਾ ਤੇ ਜੰਮਣ ਮਰਨ ਚ ਹੈ ਨਹੀਂ, ਆਤਮਾ ਨੂੰ ਤੇ ਦੁੱਖ ਨਹੀਂ ਲੱਗਦਾ, ਬਿਲਕੁਲ ਸੱਚ ਹੈ ਨਹੀਂ ਲੱਗਦਾ। ਬੜੀ ਵਾਰ ਮੈਂ ਬੇਨਤੀ ਕੀਤੀ ਵੀ ਤੁਹਾਡਾ ਜਿਹੜਾ ਸੂਖਮ ਸਰੂਪ ਆ ਉਹ ਵੱਖਰਾ ਹੈ, ਤੁਹਾਡੀ ਆਤਮਾ ਉਹ ਵੱਖ ਰੂਪ ਹੈ, ਇਸੇ ਤਰ੍ਹਾਂ ਤੁਹਾਡਾ ਸਰਗੁਣ ਸਰੂਪ ਜਿਹੜਾ ਦਿਸੀ ਜਾਂਦਾ ਉਹ ਵੱਖਰਾ ਹੈ। ਇਹ ਦਿਸਦਾ ਮਰਿਆ ਤੋਂ ਬਾਅਦ ਕਈ ਲੋਕਾਂ ਦਾ ਰੂਪ ਹੀ ਦਿਸੀ ਜਾਂਦਾ ਜਿਹੋ ਜਿਹੇ ਮਨੁੱਖਾਂ ਸਰੀਰ ਵਿੱਚ ਹੁੰਦੇ ਸੀ, ਲੋਕਾਂ ਨੂੰ ਭੁਲੇਖਾ ਪੈਂਦਾ ਵੀ ਯਾਰ ਉਹ ਤੁਰਿਆ ਕਰਦਾ ਹੁੰਦਾ, ਉਹ ਕਿਹੜਾ ਰੂਪ ਹੈ, ਉਹ ਕਾਰਨ ਸਰੀਰ, ਜਿਸ ਕਾਰਨ ਸਰੀਰ ਨੇ ਜਾ ਕੇ ਸੁੱਖ ਦੁੱਖ ਭੁਗਤਣੇ ਨੇ, ਤੇ ਧਰਮ ਰਾਜ ਦੀ ਕਚਹਿਰੀ ਚ ਵੀ ਦੇਸੇ ਨੇ ਜਾਣਾ ਹੁੰਦਾ, ਧਰਮ ਰਾਜ ਦੀ ਕਚਹਿਰੀ ਚ ਕਾਰਨ ਸਰੀਰ ਜਾਂਦਾ, ਜਿਹਦੇ ਉੱਤੇ ਦਰਦ ਵੀ ਹੈ, ਦੁੱਖ ਵੀ ਹੈ, ਸੁੱਖ ਵੀ ਹੈ, ਸਭ ਕੁਛ ਹੈ। ਆਹ ਤੇ ਜਿਸਮ ਹੈ ਸਾਡਾ, ਅੱਜ ਵੀ ਪੀੜਾ ਹੁੰਦੀ, ਕੱਲ ਨੂੰ ਮਰ ਜਾਣਾ, ਅੱਜ ਸਾਨੂੰ ਸੇਕ ਲੱਗਦਾ ਇੱਕ ਚੀਜ਼ ਦਾ, ਕੱਲ ਬੰਦਾ ਆ ਜਦੋਂ ਮਰ ਜਾਂਦਾ ਕੁਆਂਟਲਾਂ ਵਧੀ ਲੱਕੜਾਂ ਚਾਹੇ ਸੜਦਾ, ਇਹਨੂੰ ਕੋਈ ਸੇਕ ਨਹੀਂ ਲੱਗਦਾ। ਜਿਹੜਾ ਜਿਉਂਦੇ ਜੀ ਕਦੇ ਸਾਰੇ ਪੱਖਾਂ ਚਲਾ ਦੋ, ਗੱਲ ਨੂੰ ਮਰ ਗਿਆ, ਸਾਰੇ ਪਸੀਨਾ ਆ ਗਿਆ, ਤੇ ਜਿਹਦੇ ਨੇ ਮਰਿਆ ਹੁੰਦਾ ਇਹਨੂੰ ਲੱਕੜਾਂ ਚ ਫੂਕਿਆ ਹੁੰਦਾ, ਲੋਕ ਭੱਜ ਭੱਜ ਭਲਾ ਜਾਂਦੇ ਯਾਰ, ਕਿਤੇ ਪਤੰਗਾਂ ਨਾਲ ਪੈਦੇ ਸੜਨਾ ਜਾਈਏ, ਇਹ ਗੱਲਾਂ ਵੀ ਫਿਰ ਇਹਨੂੰ ਪਾਣੀ ਵਿੱਚ ਡੋਬ ਕੇ ਠੰਡ ਵੀ ਲੱਗਦੀ,
ਧਰਤੀ ਥੱਲੇ ਦੱਬਦੇ ਹੋ, ਇਹਦਾ ਸਾਹ ਨਹੀਂ ਘੁੱਟਦਾ ਕਮਰੇ 'ਚ ਦੱਬਦੇ ਹੋ, ਅਤੇ ਜਿਉਂਦਾ ਜੀ ਬੰਦਾ ਕਮਰੇ 'ਚ ਇਕੱਲਾ ਬੈਠਾ ਕਹਿੰਦਾ ਹਾਏ ਇਹ ਦਮ ਘੁੱਟ ਗਿਆ, ਦਰਵਾਜ਼ਾ ਖੋਲੂ, ਪੱਖਾ ਚਲਾ ਦੋ, ਫਲਾਣਾ ਹੋ ਗਿਆ, ਜਿੱਦਣ ਮਰ ਜਾਂਦਾ ਹੈ ਕਬਰ ਵਿੱਚ ਦੱਬ ਕੇ ਅਗਲੇ ਮਿੱਟੀ ਪਾਇਆ ਉਹਦੇ, ਕਦੀ ਫੂਕ ਵੀ ਨਹੀਂ ਮਾਰਦਾ, ਇਹ ਵੀ ਨਹੀਂ ਕਹਿੰਦਾ ਤੂੰ ਮੈਨੂੰ ਸਾਹ ਨਹੀਂ ਆਉਂਦਾ ਇੱਥੇ, ਕੀ ਆ ਜੀ ਰੂਬਾ ਬਣਾਉਂਦਾ ਹੀ। ਸਤਿਗੁਰੂ ਕਹਿੰਦੇ ਇਹਨੂੰ ਦਰਦ ਵੀ ਹੁੰਦਾ, ਦੁੱਖ ਵੀ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਤੇਰਾ ਨਿੱਜ ਰੂਪ ਇਹਦੇ ਅੰਦਰ ਹੈ, ਜਦ ਉਹ ਬਾਹਰ ਹੋ ਗਿਆ ਇਹ ਮਿੱਟੀ ਦਾ ਪੁਗਲਾ ਹੈ। ਆਦਿ ਅੰਤ ਤਨ ਕੇ ਜਬ ਰਹੇ, ਤਨ ਨਿਜ ਰੂਪ ਕੁਤੋ ਤੁਮ ਲਹੇ। ਕਿਉਂ ਆਪਣੇ ਸਰੀਰ ਨੂੰ ਆਪਣਾ ਰੂਪ ਤੁਸੀਂ ਮੰਨਿਆ, ਇਹ ਆਦਿ ਕਾਲ ਵਿੱਚ ਹੈ ਨਹੀਂ ਸੀ, ਸਰੀਰ ਸਾਡਾ ਸਤਯੁਗ ਵਿੱਚ ਨਹੀਂ ਸੀ, ਸਤਯੁਗ ਛੱਡੋ, ਸਾਨੂੰ ਕੋਈ ਪੁੱਛੇ ਵੀ ਤੂੰ 1950 ਚ ਸੀ, ਤੇਰਾ ਸਰੀਰ ਕਹਿੰਦਾ ਨਾ ਜੀ ਮੇਰਾ ਤੇ ਵਰਤਾ 90 ਤੋਂ ਬਾਅਦ ਵਾਲਿਆਂ ਚ, ਮੇਰਾ ਜੀ 80 ਤੋਂ ਬਾਅਦ ਵਾਲਿਆਂ ਚ, ਮੇਰਾ 70 ਤੋਂ ਬਾਅਦ ਵਾਲਿਆਂ ਚ, ਮੇਰਾ 60 ਤੋਂ ਬਾਅਦ ਵਾਲਿਆਂ ਚ ਜੀ। ਭਾਈ ਫਿਰ 1920-25 ਵਿੱਚ ਜਿਹੜੇ ਲੋਕ ਵੇਖੇ ਤੂੰ ਨਾ ਸੀ, ਮੈਂ ਨਾ ਵੀ ਇੱਥੇ ਇੱਕ ਭਾਵ ਹੈ ਵੀ ਸਰੀਰ ਤੋਂ ਪਹਿਲਾਂ ਤੇਰਾ ਕੁਛ ਵੀ ਨਹੀਂ ਸੀ, ਅਤੇ ਹੁਣ ਬਣੇ ਨੇ, ਇਹਨੇ ਸੈਂਕੜੇ ਸਾਲਾਂ ਦੇ ਵਿੱਚ ਵਿੱਚ ਖਤਮ ਹੋ ਜਾਣਾ, ਮਿਟ ਜਾਣਾ ਹੈ, ਤੇਰਾ ਨਿਜ ਰੂਪ ਆ ਨਾ ਜਿਹੜਾ ਉਹ ਤੇਰੇ ਇਸ ਸਰੀਰ ਤੋਂ ਪਹਿਲਾਂ ਵੀ ਸੀ, ਜਦ ਸਤਯੁਗ ਬਣਿਆ, ਦੁਆਪਰ ਬਣਿਆ, ਤ੍ਰੇਤਾ ਬਣਿਆ, ਜਦ ਦੁਨੀਆ ਨਹੀਂ ਸੀ ਬਣੀ, ਤੇਰਾ ਅਸਲ ਰੂਪ ਉਦੋਂ ਵੀ ਸੀ, ਆਖੋ ਸਤਨਾਮ ਉਦੋਂ ਵੀ ਸੀ, ਅਸੀਂ ਤੂੰ ਅੱਜ ਦੇ ਥੋੜੀ ਤਰ੍ਹਾਂ ਕਰਦੇ ਬਣੀ ਵੀ ਲੈ ਗਿਆ, ਐਸੇ ਘਰ ਹਮ ਬਹੁਤ ਵਸਾਏ, ਜਦ ਹਮ ਰਾਮ ਗਰਭ ਹੋਏ ਆਏ। ਕਹਿੰਦੇ ਜਿੱਦਣ ਅਸੀਂ ਰੱਬ ਦੇ ਗਰਭ ਵਿੱਚ ਆ ਗਏ ਨਾ, ਇਹੋ ਜਿਹੇ ਘਰ ਸਰੀਰ ਪਤਾ ਨੀ ਕਿੰਨੇ ਵਸਾਏ, ਕਿੰਨੀ ਵਾਰੀ ਅਸੀਂ ਬੰਦੇ ਬਣੇ, ਕਿੰਨੀ ਵਾਰੀ ਅਸੀਂ ਪਸ਼ੂ ਬਣੇ, ਕਿੰਨੀ ਵਾਰੀ ਭੂਤ ਪ੍ਰੇਤ ਬਣੇ, ਇਹ ਤੇ ਚੱਲਦਾ ਰਹਿੰਦਾ ਕੰਮ। ਪਰ ਕਹਿੰਦੇ ਸਾਡਾ ਨਿਜ ਰੂਪ ਆ, ਉਹਨੇ ਸਾਰਾ ਕੁਝ ਵੇਖਿਆ, ਉਹਨੇ ਸਾਰੇ ਸਰੀਰ ਹੰਡਾਏ ਹੋਏ ਨੇ, ਸਾਡੇ ਕਾਰਨ ਸਰੀਰ ਸਾਡੇ ਰੂਪ ਨੇ, ਸਭ ਜਨਮ ਵੇਖੇ ਹੋਏ ਨੇ, ਇਸੇ ਕਰਕੇ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕਹੋ ਮਨ ਲੱਗੀ। ਕਦੇ ਸੋਚਿਆ ਵੀ ਸਤਿਗੁਰੂ ਕਹਿੰਦੇ ਜਨਮਾਂ ਜਨਮਾਂ ਦੀ ਮਨ ਨੂੰ ਮੈਲ ਲੱਗੀ, ਮੈਂ ਕਹਿੰਦਾ ਮੇਰਾ ਜਨਮ ਇਹੀ ਸੀ, ਮਤਲਬ ਮਨ ਉਹਨਾਂ ਜਨਮਾਂ ਵਿੱਚ ਵੀ ਇਹੀ ਸੀ, ਇਹ ਨਹੀਂ ਬਦਲਿਆ, ਹਾਰਡਵੇਅਰ ਚੇਂਜ ਹੋ ਰਹੇ ਆ, ਚਿਪ ਸੈੱਟ ਸੋਫਟਵੇਅਰ ਨਹੀਂ ਬਦਲ ਰਿਹਾ, ਉਸੇ ਹੀ ਰਹਿਣਾ, ਸਦਾ ਹੀ ਰਹਿਣਾ, ਕਿਉਂਕਿ ਸੱਚ ਹੈ ਉਹ ਅਟਲ ਹੈ। ਗੁਰੂ ਰਾਮਦਾਸ ਮਰਦ ਕਹਿੰਦੇ ਤੁਸੀਂ ਕਿਵੇਂ ਮੰਨ ਲਿਆ ਸਰੀਰ ਨੂੰ ਆਪਣਾ ਰੂਪ, ਇਹ ਅੱਜ ਹੈ ਕੱਲ ਇਹਨੇ ਰੂਹ ਨੇ ਕਿਤੇ ਹੋਰ ਜਨਮ ਲੈ ਲੈਣਾ, ਉਹ ਸਰੀਰ ਦਾ ਨਾਂ ਹੋਰ ਰੱਖ ਲੈਣਗੇ, ਫਿਰ ਤੈਨੂੰ ਲੱਗੂਗਾ ਵੀ ਹੁਣ ਮੇਰਾ ਰੂਪ ਇਹ ਹੈ, ਮਰਦ ਕਹਿੰਦੇ ਇਹ ਝੂਠਾ ਰੂਪ ਹੈ, ਇਹ ਸੱਚਾ ਨਹੀਂ ਹੈ। ਤਨ ਕੋਰਾ ਸਮ ਬਸਤਰ ਲਖੈ ਹੋ, ਜੀਰਨ ਭਏ ਅਪਰ ਤਰ ਲੈ ਹੋ। ਕਹਿੰਦੇ ਪਾਤਸ਼ਾਹ ਫਿਰ ਸਰੀਰ ਕੀ ਹੈ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਰੀਰ ਦੀ ਔਕਾਤ ਇੱਕ ਕੱਪੜੇ ਤੋਂ ਵੀ ਹੋਈ ਹੈ, ਕੱਪੜੇ ਨੂੰ ਰੰਗ ਚੜਾਇਆ ਜਾ ਸਕਦਾ, ਕੱਪੜੇ ਨੂੰ ਪਾਲਿਆ ਜਾ ਸਕਦਾ, ਇਹਨੂੰ ਸੰਭਾਲਿਆ ਜਾਵੇ, ਸੈਂਕੜੇ ਸਾਲ ਪਿਆਰੇ ਸੈਂਕੜੇ ਸਾਲ ਹਜ਼ਾਰਾਂ ਸਾਲਾਂ ਤੋਂ ਲੋਕਾਂ ਦੇ ਸੰਭਾਲੇ ਕੱਪੜੇ ਪਏ ਨੇ ਹਜ਼ਾਰਾਂ ਸਾਲਾਂ, ਪਰ ਸਰੀਰ ਸਦਾ ਨਹੀਂ ਰਹਿੰਦਾ, ਇਹਨੂੰ ਸੰਭਾਲ ਕੇ ਵੀ ਰੱਖੀਏ ਫਿਰ ਵੀ ਖਰਾਬ ਹੁੰਦਾ ਜਾਂਦਾ ਹੈ, ਤੇ ਸਦਾ ਨਹੀਂ ਹੈ। ਪਰ ਜੇ ਕਹਿੰਦੇ ਕੱਪੜੇ ਜੈਸੀ ਨਿਆਈ, ਸਰੀਰ ਦੀ ਗਲਤੀ ਹੈ, ਸਦਾ ਸੱਚ ਨਹੀਂ ਹੈ। ਜਿਵੇਂ ਕੱਪੜਾ ਮਨੁੱਖ ਬਦਲਦਾ ਰਹਿੰਦਾ ਨਾ, ਹੁਣ ਜੇ ਅੱਜ ਤੁਸੀਂ ਸੂਟ ਸਲਵਾਰ ਜਾਂ ਪੈਂਟ ਕਮੀਜ਼ ਪਾਇਆ, ਤੁਸੀਂ ਉਹੀ ਨੂੰ ਨਾਮ ਤੁਹਾਡਾ ਉਹੀ ਹੈ, ਕੱਲ ਨੂੰ ਕੋਈ ਬੰਦਾ ਸਾੜੀ ਲਾ ਕੇ ਫਿਰੇ ਜਾਂ ਕੋਈ ਕੁਛ ਪਾ ਕੇ ਫਿਰੇ, ਵੈਸਟਰਨ ਡਰੈਸ ਪਾ ਲਏ, ਬੰਦਾ ਤਾਂ ਨਹੀਂ ਬਦਲਦਾ, ਉਹੀ ਮਨੁੱਖ ਅੱਜ ਕੁੜਤਾ ਪਜਾਮਾ ਪਾ ਕੇ ਕੱਲ੍ਹ ਚੋਲਾ ਪਾ ਕੇ ਆ ਗਿਆ, ਬੰਦਾ ਥੋੜ੍ਹੀ ਬਦਲਦਾ, ਬੰਦਾ ਤਾਂ ਉਹੀ ਹੈ ਨਾ, ਕੱਪੜੇ ਬਦਲਦੇ। ਹੁਣ ਕੱਪੜੇ ਬਦਲਣ ਦੇ ਨਾਲ ਬੰਦੇ ਦਾ ਨਾਮ ਨਹੀਂ ਬਦਲਦਾ, ਤੁਸੀਂ ਬਚਪਨ 'ਚ ਅਸੀਂ ਛੋਟੇ ਛੋਟੇ ਕੱਪੜੇ ਪਾਉਂਦੇ ਰਹੇ ਨਿਆਣਿਆਂ, ਸਾਨੂੰ ਲੋਕ ਬੇਟਾ ਕਹਿ ਕੇ ਬੁਲਾਉਂਦੇ ਸੀ,
ਹੁਣ ਜਵਾਨ ਹੋ ਗਏ, ਸਮਝਦਾਰ ਹੋ ਗਏ, ਬੱਚਿਆਂ ਵਾਲੇ ਹੋ ਗਏ, ਕੱਲ ਨੂੰ ਵੱਡੇ ਹੋਵਾਂਗੇ, ਫਿਰ ਸਾਡੇ ਰੰਗਾਂ ਦੀ ਪਸੰਦ ਵੀ ਬਦਲੀ ਜਾਂਦੀ ਹੈ, ਉਹਦੇ ਨਾਲ ਬਦਲਦੇ ਆ ਸਾਰਾ ਕੁਝ। ਕਹਿੰਦੇ ਜਿਹੜੇ ਕੱਪੜੇ ਪੁਰਾਣੇ ਨੇ ਤੇਰਾ ਸਰੀਰ ਵੀ ਪੁਰਾਣਾ ਹੁੰਦਾ ਏ। ਬੰਦਿਆ ਕੱਪੜੇ ਦੀ ਮਰਿਆਦ ਹੈ ਪਰ ਕਿ ਮਿੱਟੀ ਦੀ ਢੇਰੀ ਵੀ ਨਹੀਂ ਆ। ਤੋ ਸਭ ਨਾਮ ਇੱਕ ਪਲ ਵੀ ਇਹਦਾ ਭਰੋਸਾ ਨਹੀਂ, ਚੰਗੇ ਭਲੇ ਬੰਦੇ ਜਾਂਦੇ ਅਟੈਕ ਹੋ ਜਾਂਦੇ, ਪਤਾ ਹੁੰਦਾ ਵੀ ਦੁਨੀਆਂ ਛੱਡ ਕੇ ਤੁਰ ਜਾਂਦਾ। ਗੁਰੂ ਰਾਮਦਾਸ ਮਹਾਰਾਜ ਆਖਣ ਲੱਗੇ, ਕਹਿੰਦੇ ਇਹ ਤੁਹਾਡਾ ਰੂਪ ਨਹੀਂ, ਜਿਹਨੂੰ ਮੰਨੀ ਬੈਠੇ ਤੇ ਤਨ ਪਰ ਪਹਿਰ ਜੋਏ, ਆਪਣਾ ਸਰੂਪ ਜਾਣੀਏ ਸੋਏ। ਭਾਈ ਜਿਸ ਸਰੀਰ ਨੇ ਅੰਦਰਲਾ ਰੂਪ ਧਾਰਨ ਕੀਤਾ ਅਸਲ ਤੇ ਉਹੀ ਹੈ। ਸਰੀਰ ਉੱਤੇ ਪਾਏ ਕੱਪੜੇ ਯਾਦ ਰਹਿੰਦੇ ਨੇ ਕਿਸੇ? ਤੁਸੀਂ ਗੱਲ ਸੱਚੀ ਦੱਸਿਓ ਜੀ, ਜਦੋਂ ਤੁਸੀਂ ਦਸਵੀਂ ਕਲਾਸ ਚ ਪੜ੍ਹਦੇ ਸੀ ਤੁਹਾਨੂੰ ਯਾਦ ਹੈ ਤੁਸੀਂ ਕਿਹਦੇ ਵਿਆਹ ਤੇ ਕਿਹੜੇ ਰੰਗ ਦੇ ਕੱਪੜੇ ਪਾਏ ਸੀ? ਉਹ ਤੋਂ ਬਾਅਦ ਕਿੰਨੇ ਸੂਟ ਤੁਸੀਂ ਬਣਾਏ, ਕਿੰਨੀਆਂ ਪੈਂਟਾਂ ਜ਼ਿੰਦਗੀ ਚ ਬਣਾਈਆਂ ਹੋਣੀਆਂ, ਕਿੰਨੇ ਕੁੜਤੇ ਪਜਾਮੇ, ਕਿੰਨੇ ਕੱਪੜੇ ਤੁਸੀਂ ਛੱਡੇ ਪਾਏ ਸਵਾਏ, ਕੁਛ ਯਾਦ ਨਹੀਂ, ਯਾਦ ਨਹੀਂ, ਪਤਾ ਹੀ ਨਹੀਂ। ਇੱਕ ਮਹੀਨੇ ਚ ਕਿੰਨੇ ਕੁ ਸਵਾਲ ਲੈਂਦੇ ਆ, ਇੱਕ ਸਾਲ ਚ ਕਿੰਨੇ ਕੁ ਪਾਲ ਲੈਂਦੇ ਆ, ਜਿਵੇਂ ਕੁਛ ਵੀ ਯਾਦ ਨਹੀਂ ਨਾ। ਇਸੇ ਕਰਕੇ ਮਾਇਆ ਦੇ ਭਰਮ ਕਰਕੇ ਇਸ ਰੂਪ ਨੇ ਲੱਖਾਂ ਕੱਪੜੇ ਧਾਰਨ ਕੀਤੇ, ਕਦੇ ਮਨੁੱਖਾ ਸਰੀਰ, ਕਦੇ ਕੋਈ ਸਰੀਰ, ਕਦੇ ਕੋਈ ਸਰੀਰ। ਸਤਿਗੁਰੂ ਕਹਿੰਦੇ ਜਿਹੜੇ ਕੱਪੜੇ ਚ ਬੈਠਾ ਇਹਨੂੰ ਉਹੀ ਯਾਦ ਆ, ਬਾਕੀ ਸਾਰੇ ਭੁੱਲ ਜਾਂਦੇ ਆ। ਤੋ ਸਤਨਾਮ ਜਿਵੇਂ ਸਾਨੂੰ ਆਹ ਹੁਣ ਯਾਦ ਆ ਵੀ ਮੈਂ ਫਲਾਣਾ ਸਿੰਘ ਸੁੱਤੇ, ਮੈਨੂੰ ਕੋਈ ਆਵਾਜ਼ ਮਾਰੇ ਨਾ ਫਲਾੜਿਆ, ਉੱਠ ਭਾਈ ਤੇਰਾ ਲੈਟਰ ਆਇਆ, ਤੇਰਾ ਫੋਨ ਆਇਆ, ਬੰਦਾ ਸੁੱਤਾ ਪਿਆ ਵੀ ਉੱਠ ਪੈਂਦਾ ਵੀ ਯਾਰ ਮੇਰਾ ਹੀ ਹੈ, ਮੈਨੂੰ ਆਵਾਜ਼ ਮਾਰੀ ਹੈ। ਪਰ ਮਰਦ ਕਹਿੰਦੇ ਪਿਛਲੇ ਜਨਮਾਂ ਚ ਤੇਰੇ ਕੀ ਨਾਂ ਸੀ, ਜੇ ਕੋਈ ਉਹ ਨਾਂ ਤੋਂ ਆਵਾਜ਼ ਮਾਰੇ ਤੂੰ ਉੱਠਣਾ ਨਹੀਂ, ਕਿਉਂਕਿ ਤੂੰ ਭੁੱਲ ਚੁੱਕਾ ਉਹਨਾਂ ਨੂੰ। ਜਿਵੇਂ ਅਸੀਂ ਬਚਪਨ ਚ ਪਾਏ ਕੱਪੜੇ ਭੁੱਲ ਗਏ, ਜਵਾਨੀ ਦੇ ਹੰਢਾਏ ਕੱਪੜੇ ਭੁੱਲ ਗਏ, ਤੇ ਅੱਜ ਤੋਂ 6 ਮਹੀਨੇ ਪਹਿਲਾਂ ਪਾਏ, 5 ਸਾਲ ਪਹਿਲਾਂ ਪਾਏ ਕੱਪੜੇ ਸਾਡੇ ਕਿਸੇ ਕੰਮ ਨਹੀਂ, ਪਤਾ ਨਹੀਂ ਕਿਹਨੂੰ ਦਿੱਤੇ, ਕਿੱਥੇ ਸੁੱਟੇ, ਕਿੱਥੇ ਗਏ, ਪਤਾ ਕੋਈ। ਕਹਿੰਦੇ ਇਸੇ ਤਰ੍ਹਾਂ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਆਪਣੇ ਕੱਪੜਿਆਂ ਨੂੰ ਆਪਣਾ ਰੂਪ ਮੰਨੀ ਜਾਂਦਾ। ਅੱਜ ਮੈਂ ਮੰਨ ਲਓ ਸੋਹਣੇ ਕੱਪੜੇ ਪਾਏ, ਮੈਂ ਚੋਲਾ ਪਾਇਆ, ਮੈਨੂੰ ਲੱਗੇ ਵੀ ਆਹ ਚੋਲਾ ਮੇਰਾ ਰੂਪ ਹੈ, ਅੱਧੇ ਘੰਟੇ ਬਾਅਦ ਮੈਂ ਪਾਰਕ ਚਲੇ ਜਾਣਾ, ਹੋਰ ਕੱਪੜੇ ਪਾ ਲਓ, ਮੇਰਾ ਰੂਪ ਹੈ ਨਹੀਂ, ਨਾ ਇਹ ਸਰੀਰ ਮੇਰਾ ਰੂਪ, ਨਾ ਕੱਪੜੇ ਮੇਰਾ ਰੂਪ, ਮੇਰਾ ਜਿਹੜਾ ਰੂਪ ਸੀ ਉਹ ਜਨਮਾਂ ਜਨਮਾਂ ਤੋਂ ਉਹੀ ਸੀ ਤੇ ਉਹੀ ਰਹਿਣਾ। ਸਤਿਗੁਰੂ ਕਹਿੰਦੇ ਭਾਈ ਆਤਮਾ ਤੁਹਾਡਾ ਸੱਚਾ ਸਰੂਪ ਆ, ਸਤਨਾਮ ਜਿਵੇਂ ਤੁਸੀਂ ਮਨ ਕਹਿੰਦੇ ਹੋ, ਆਤਮਾ ਦਾ ਵਿਗੜਿਆ ਰੂਪ ਮਨ ਹੈ। ਉਹ ਕਦੋਂ ਵਿਗੜਿਆ? ਜਦ ਉਹ ਚੰਚਲਤਾ ਦੇ ਵਿੱਚ ਹੈ, ਜਦੋਂ ਸੰਕਲਪਾਂ ਦੇ ਵਿੱਚ ਹੈ, ਜਦੋਂ ਉਹਦੇ ਸੰਕਲਪ ਤੇ ਵਿਕਲਪ ਮੁੱਕ ਗਏ, ਫਿਰ ਮਰਦ ਕਹਿੰਦੇ ਭਾਈ ਮਨ ਤੂੰ ਜੋੜ, ਫਿਰ ਮਨ ਵਾਲਾ ਨਹੀਂ ਹੈ, ਫਿਰ ਜਨਮਾਂ ਜਨਮਾਂ ਦੇ ਦੁੱਖ ਨਹੀਂ ਚੱਲਦਾ, ਫਿਰ ਨਿਰੰਕਾਰ ਬਣ ਜਾਂਦਾ, ਪਰਮਾਤਮਾ ਬਣ ਜਾਂਦਾ। ਗੁਰੂ ਰਾਮਦਾਸ ਮਰਦ ਉਪਦੇਸ਼ ਬਖਸ਼ਿਸ਼ ਕਰ ਰਹੇ ਆ, ਸਿੱਖਾਂ ਨੂੰ ਸੋਝੀ ਆ ਗਈ ਇਸ ਗੱਲ ਦੀ ਵੀ ਆਹ ਸਰੀਰ ਤੇ ਕੱਪੜੇ ਬਰਾਬਰ ਹੈ, ਜਿਵੇਂ ਕੱਪੜੇ ਡਰੈਸਾਂ ਜਿਵੇਂ ਕਰਦੇ ਰਹਿੰਦੇ, ਏਦਾਂ ਮਨੁੱਖ ਜਾਮੇ ਬਦਲਦਾ ਰਹਿੰਦਾ। ਇਹ ਸੱਚ ਨਹੀਂ, ਇਹਦਾ ਮਨ ਨਹੀਂ ਕਰਨਾ, ਇਹਦਾ ਹੰਕਾਰ ਨਹੀਂ ਕਰਨਾ, ਇੱਥੇ ਕਦੇ ਵੀ ਕਿਤੇ ਵੀ ਟੁੱਟ ਸਕਦਾ, ਫੁੱਟ ਸਕਦਾ, ਭੰਡਿਆ ਜਾ ਸਕਦਾ, ਸਾੜਿਆ ਜਾ ਸਕਦਾ, ਕੱਟਿਆ ਵੱਢਿਆ ਜਾ ਸਕਦਾ, ਪਰ ਮਨੁੱਖ ਦਾ ਮਨ ਇਹਦੀ ਆਤਮਾ ਕੱਟੀ ਵੱਢੀ ਸਾੜੀ ਡੋਬੀ ਨਹੀਂ ਜਾ ਸਕਦੀ। ਜਿਵੇਂ ਸਾਹਿਬ ਕਿਰਪਾ ਕਰਨਗੇ ਕੱਲ੍ਹ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।